ਇੱਕ ਬਾਣੀ ਚੈਨਲ ਦੇ ਰਾਹੀਂ ਅਸੀਂ ਫਿਰ ਤੋਂ ਜੁੜ ਚੁੱਕੇ ਹਾਂ ਤੁਹਾਡੇ ਨਾਲ ਤੇ ਉਮੀਦ ਕਰਦੇ ਹਾਂ ਕਿ ਪਰਮਾਤਮਾ ਵਾਹਿਗੁਰੂ ਦੀ ਮਿਹਰ ਦੇ ਨਾਲ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਬਿਲਕੁਲ ਠੀਕ ਠਾਕ ਹੋਵੋਗੇ। ਔਰ ਰੋਜ਼ਾਨਾ ਦੀ ਤਰ੍ਹਾਂ ਆਪਾਂ ਜਦੋਂ ਖਾਸ ਗੱਲਬਾਤ ਕਰਦੇ ਹੁੰਦੇ ਆ ਤਾਂ ਕੋਈ ਨਾ ਕੋਈ ਵਧੀਆ ਸ਼ਖਸੀਅਤ ਸਾਡੇ ਨਾਲ ਜਿਨ੍ਹਾਂ ਨੂੰ ਸਾਨੂੰ ਲੱਗਦਾ ਹੁੰਦਾ ਹੈ ਕਿ ਉਹਨਾਂ ਦੇ ਵਿਚਾਰ ਤੁਹਾਡੇ ਤਾਈਂ ਪਹੁੰਚਾਉਣੇ ਜ਼ਰੂਰੀ ਹੁੰਦੇ ਨੇ ਸਾਨੂੰ, ਔਰ ਪਹੁੰਚਾਉਣੇ ਵੀ ਚਾਹੀਦੇ ਨੇ, ਬੱਚੇ ਵੀ ਜੁੜਦੇ ਨੇ, ਸ਼ਖਸੀਅਤਾਂ ਵੀ ਸਾਡੇ ਨਾਲ ਖਾਸ ਜੁੜਦੀਆਂ ਨੇ, ਪ੍ਰਚਾਰਕ ਵੀ ਜੁੜਦੇ ਨੇ, ਤਾਂ ਉਸੇ ਹੀ ਖਾਸ ਗੱਲਬਾਤ ਦੇ ਦੌਰਾਨ ਅੱਜ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜੁੜੇ ਨੇ ਵਿਪਨਪ੍ਰੀਤ ਕੌਰ ਜੀ। ਇਹਨਾਂ ਦੇ ਬਾਰੇ ਵਿੱਚ ਮੈਂ ਤੁਹਾਨੂੰ ਬਾਅਦ ਵਿੱਚ ਦੱਸਦੀ ਹਾਂ, ਪਹਿਲਾਂ ਤਾਂ ਮੈਂ ਇਹਨਾਂ ਦਾ ਸਵਾਗਤ ਕਰ ਲਵਾਂ ਇੱਕ ਬਾਣੀ ਚੈਨਲ ਦੇ ਉੱਤੇ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੱਕ ਬਾਣੀ ਚੈਨਲ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਮੈਮ ਮੈਨੂੰ ਇਸ ਅਮੇਜ਼ਿੰਗ ਇੱਕ ਬਾਣੀ ਚੈਨਲ ਤੇ ਬੁਲਾਉਣ ਲਈ, ਤਾਂ ਕਿ ਅਸੀਂ ਆਪਣੇ ਜੋ ਵਿਚਾਰ ਇੱਕ ਦੂਜੇ ਨਾਲ ਸਾਂਝੇ ਕਰ ਸਕੀਏ। ਥੈਂਕ ਯੂ ਸੋ ਮੱਚ। नहीं, मैं भी थोड़ा धन्यवाद करती हूँ क्योंकि मैंने पता है कि तुसी इस टाइम बहुत ज्यादा बिजी भी होंगे हो, और मैंने भी बहुत साडे दर्शकों नू भी मैं दस देवां कि जिस तरह इन्होंने कहा कि आपां विचार साझे करांगे, एक दूजे दे नाल गलबात करांगे, जरूरी भी होंगे है ना। और हुण मैं दर्शकों नू दस देवां कि जिदा मैं कैप्शन दे विच लिखा होया है कि साडी कौम नू, साडी सिख कौम नू इस होनहार बच्ची ਵਿਪਨਪ੍ਰੀਤ ਕੌਰ ਦੇ ਉੱਤੇ ਮਾਣ ਹੈ, ਸਾਨੂੰ ਸਾਡੀ ਕੌਮ ਦਾ ਨਾਮ ਉੱਚਾ ਕਰ ਰਹੀਆਂ ਨੇ ਇਹ ਧੀਆਂ। ਔਰ ਕਿਸ ਤਰ੍ਹਾਂ ਦੇ ਨਾਲ, ਇਹ ਵੀ ਮੈਂ ਤੁਹਾਨੂੰ ਦੱਸ ਦਵਾਂ, ਅੱਜ ਜਿੱਦਾਂ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਹੀ ਹਾਂ ਤਾਂ ਫਿਰ ਐਜ਼ ਅ ਹੋਸਟ ਅਸੀਂ ਕਿਸੇ ਦੇ ਨਾਲ ਲਾਈਵ ਗੱਲਬਾਤ ਕਰਦੇ ਹੁੰਦੇ ਹਾਂ ਆਪਣੇ ਚੈਨਲ ਦੇ ਰਾਹੀਂ, ਤਾਂ ਮੈਂ ਦਰਸ਼ਕਾਂ ਨੂੰ ਦੱਸ ਦਵਾਂ ਮੇਰੇ ਤੋਂ ਤੇ ਬਹੁਤ ਛੋਟੇ ਨੇ ਵਿਪਨਪ੍ਰੀਤ ਕੌਰ, ਲੇਕਿਨ ਮੇਰੇ ਤੋਂ ਬਹੁਤ ਜ਼ਿਆਦਾ ਵਧੀਆ ਐਂਕਰਿੰਗ ਕਰਦੇ ਨੇ ਕਿਸੇ ਵੀ ਪ੍ਰੋਗਰਾਮ ਨੂੰ, ਕੋਈ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਹੋਸਟ ਕਰਦੇ ਨੇ। ਹੋਰ ਵੀ ਬਹੁਤ ਸਾਰੀਆਂ ਇਹਨਾਂ ਨੇ ਇਹਨਾਂ ਦੀਆਂ ਇਹਨਾਂ ਨੇ ਹੁਣ ਬੁਲੰਦੀਆਂ ਹਾਸਿਲ ਕੀਤੀਆਂ ਹੋਈਆਂ ਨੇ। ਸਭ ਤੋਂ ਮੇਨ ਗੱਲ ਇਹ ਹੈ ਕਿ ਮੋਟੀਵੇਸ਼ਨਲ ਜਿਹੜੀ ਹੈ ਇਹ ਸਪੀਚਸ ਦਿੰਦੇ ਨੇ, ਸਪੀਕਰ ਨੇ। ਮਹਿਜ਼ ਮੈਨੂੰ ਲੱਗਦਾ ਤੁਹਾਡੀ ਉਮਰ 16 ਸਾਲ ਹੋਏਗੀ ਹਾਂਜੀ, 16 ਸਾਲ ਹੈ ਜੀ। ਔਰ ਬਹੁਤ ਇੰਨੀ ਛੋਟੀ ਉਮਰ ਦੇ ਵਿੱਚ ਸਾਡੇ ਲਈ ਬਹੁਤ ਵੱਡੀ ਸੇਧ ਦਿੰਦੇ ਨੇ ਵਿਪਨਪ੍ਰੀਤ ਕੌਰ। ਔਰ ਹੁਣ ਮੈਂ ਤੁਹਾਨੂੰ ਦੱਸ ਦਵਾਂ ਕਿ ਯੂਕੇ ਦੀ ਵਰਡ ਬੁੱਕ ਜਿਹੜੀ ਇਹਨਾਂ ਦੇ ਵਿੱਚੋਂ ਉਹਨਾਂ ਦਾ ਨਾਮ ਵੀ ਹੈਗਾ ਹਨਾ ਹਾਂਜੀ ਜੀ। ਔਰ ਅਗਰ ਤੁਹਾਡੀ ਅਚੀਵਮੈਂਟਸ ਮੈਂ ਥੋੜੀ ਜਿਹੀ ਰਹਿ ਗਈਆਂ ਹੋਣ ਮੇਰੇ ਕੋਲੋਂ ਤੇ ਤੁਸੀਂ ਵੀ ਦੱਸ ਦਿਓ ਆਪਣੇ ਬਾਰੇ ਥੋੜਾ। ਨਹੀਂ ਤੁਸੀਂ ਬਹੁਤ ਵਧੀਆ ਦੱਸ ਦਿੱਤਾ ਤੇ ਲੋੜ ਤੋਂ ਵੱਧ ਹੀ ਸੀਗਾ, ਮਤਲਬ ਇੰਨਾ ਮੈਂ ਡਿਜ਼ਰਵ ਵੀ ਨਹੀਂ ਕਰਦੀ ਜਿੰਨਾ ਮਤਲਬ ਮੈਨੂੰ ਮਤਲਬ ਐਪਰੀਸ਼ੀਏਸ਼ਨ ਮਿਲ ਚੁੱਕਾ ਹੈ। ਥੈਂਕ ਯੂ ਸੋ ਮੱਚ। ਤੇ ਹੋਰ ਮਤਲਬ ਮੈਂ ਹੀ ਕਹਿਣਾ ਚਾਹਾਂਗੀ ਕਿ ਜ਼ਿਆਦਾ ਆਪਣੇ ਬਾਰੇ ਗੱਲ ਨਹੀਂ ਕਰਾਂਗੀ ਕਿਉਂਕਿ ਫਿਰ ਉਹ ਮੈਂ ਆ ਜਾਂਦੀ ਆਪਣੇ ਵਿੱਚ ਫਿਰ। हाँ, क्योंकि लेकिन मैं तुम दसती हाँ विपनप्रीत जी, तुहाडे नाल तुहाडे बारे सानू साडे दर्शकां नू दसना, क्योंकि इस चैनल दे नाल साडा यूथ भी जुड़िया होया, साडे बच्चे भी जुड़े हुए ने, तुहाडे हम उम्र भी होणगे है ना, और ओ और साडे तो बहुत ज्यादा वड्डे भी होणगे, और जिहड़े साडे तो वड्डे ने, साडे बजुर्ग ने, उहनां नू तुहाडे बारे सुन के खुशी महसूस होएगी, और जिहड़े नौजवान ने उन्हां नूं तुहाडे बारे सुन के सीध मिलेगी, और जिहड़े बच्चे ने ओह वी तुहाडे बारे सुन के कुछ ना कुछ सिखणगे जरूर। हुण तुसीं अपने बारे थोड़ा जिहा दस दो, अपनियां अचीवमेंट्स, तुसीं गुरबाणी दे नाल जुड़ के ही कि मतलब गुरबाणी दे नाल सिक्खी दा प्रचार करन दे नाल नाल तुहानूं किन्नियां सारियां अचीवमेंट्स तुसीं हासिल कर चुके हो इसे ही गुरबाणी तों ही सीध लैंदे होए। ਮੈਂ 3 ਸਾਲ ਦੀ ਸੀ ਜਦੋਂ ਮੈਂ ਮਤਲਬ ਕਵਿਤਾਵਾਂ ਲੈਕਚਰ ਪਾਉਣੇ ਸ਼ੁਰੂ ਕਰ ਦਿੱਤੇ ਸੀ। ਮੈਨੂੰ ਯਾਦ ਹੈ ਮੈਂ ਮਤਲਬ ਸਕੂਲ ਦੇ ਵਿੱਚ ਸੈਟਰਡੇ ਹੁੰਦਾ ਸੀਗਾ, ਮੈਨੂੰ ਸਭ ਬੱਚਿਆਂ ਨੂੰ ਛੁੱਟੀ ਹੁੰਦੀ ਸੀ, ਲੇਕਿਨ ਮਤਲਬ ਮੇਰੇ ਮੰਮਾ ਉਸ ਵਕਤ ਜਿਸ ਸਕੂਲ 'ਚ ਮੈਂ ਪੜ੍ਹਦੀ ਸੀਗੀ ਉੱਥੇ ਮੰਮਾ ਟੀਚਰ ਸੀਗੇ, ਤੇ ਮੰਮਾ ਸਪੈਸ਼ਲੀ ਮੈਨੂੰ ਲੈ ਕੇ ਜਾਂਦੇ ਸੀ ਉੱਥੇ ਤਾਂ ਕਿ ਮੇਰਾ ਕੌਨਫੀਡੈਂਸ ਬਿਲਡਅਪ ਹੋਵੇ, ਮੈਂ ਲੋਕਾਂ ਵਿੱਚ ਬੋਲਣਾ ਸਿੱਖਾਂ। ਮੈਂ ਕਵਿਤਾ ਬੋਲਦੀ ਸੀ ਹਰ ਹਫ਼ਤੇ, ਨਿਊ ਮਤਲਬ ਲਰਨ ਕਰਨਾ, ਮਟੀਰੀਅਲ ਕੰਟੈਂਟ ਰੈਡੀ ਕਰਨਾ, ਫਿਰ ਉਹਨੂੰ ਅਸੈਂਬਲੀ ਦੇ ਵਿੱਚ ਜਾ ਕੇ ਬੋਲਣਾ ਤਾਂ ਕਿ ਮਤਲਬ ਮੈਂ ਆਪਣੇ ਆਪ ਨੂੰ ਇੰਪਰੂਵ ਕਰ ਸਕਾਂ। ਤੇ ਮਤਲਬ ਮੈਨੂੰ ਇਹ ਵੀ ਕਈ ਵਾਰੀ ਮਹਿਸੂਸ ਹੁੰਦਾ ਸੀਗਾ ਕਿ ਮਤਲਬ ਸਾਰੇ ਬੱਚਿਆਂ ਨੂੰ ਛੁੱਟੀ ਹੈ, ਮੈਂ ਇਕੱਲੀ ਸਕੂਲ ਆ ਰਹੀ ਹਾਂ, ਬਟ ਜਦੋਂ ਫਿਰ ਮੰਮਾ ਨੇ ਸਮਝਾਇਆ ਕਿ ਨਹੀਂ ਮਤਲਬ ਜਦੋਂ ਅਸੀਂ ਕੁਛ ਪਾਉਣਾ ਹੁੰਦਾ ਨਾ, ਕਾਫੀ ਕੁਛ ਸੈਕਰੀਫਾਈਸ ਸਾਨੂੰ ਕਰਨੇ ਪੈਂਦੇ ਆ, ਜਿਹੜੀ ਸਾਡੀ ਮਨ ਦੀਆਂ ਇੱਛਾਵਾਂ ਹੁੰਦੀਆਂ ਨਾ, ਸਾਨੂੰ ਉਹਨਾਂ ਨੂੰ ਕਈ ਵਾਰੀ ਦਬਾਉਣਾ ਪੈਂਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਕੁਛ ਅੱਛਾ ਅਚੀਵ ਕਰ ਸਕੀਏ। ਫਿਰ ਹੌਲੀ ਹੌਲੀ ਮਤਲਬ ਮੈਂ ਅੱਗੇ ਵਧਦੀ ਰਹੀ। ਫਿਰ ਜਦੋਂ ਮੈਂ 5th ਵਿੱਚ ਸੀਗੀ, 5th ਗ੍ਰੇਡ ਸੀਗੀ, ਫਿਰ ਮੈਂ ਮਤਲਬ ਕਵਿਤਾਵਾਂ ਮਤਲਬ ਕਵਿਤਾ ਤਾਂ ਬੋਲਦੀ ਸੀਗੀ ਮੈਂ,
ਤੇ ਮੈਂ ਲੈਕਚਰ ਬੋਲਣੇ ਸ਼ੁਰੂ ਕਰ ਦਿੱਤੇ ਸੀ। ਮੈਂ ਫਸਟ ਟਾਈਮ ਮੇਰਾ ਸੀਗਾ ਫੋਰੈਸਟ ਸਕੂਲ ਹੈਗਾ ਅੰਮ੍ਰਿਤਸਰ ਦੇ ਵਿੱਚ, ਉੱਥੇ ਮੈਂ ਮਤਲਬ 25 ਦਸੰਬਰ ਨੂੰ ਹਰ ਵਾਰੀ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਕੰਪੀਟੀਸ਼ਨ ਹੁੰਦਾ ਹੈ ਜਿਹਦੇ ਵਿੱਚ ਲੈਕਚਰ ਡਿਲੀਵਰ ਕਰਨਾ ਹੁੰਦਾ ਹੈ। ਤੇ ਉਸ ਮਤਲਬ ਜਦੋਂ ਮੈਂ ਉੱਥੇ ਗਈ, ਮਤਲਬ ਮੈਂ ਕਾਫੀ ਵਧੀਆ ਪ੍ਰਿਪੇਅਰ ਕਰ ਲਿਆ ਸੀਗਾ, ਬਟ ਉੱਥੇ ਜਦੋਂ ਮੈਂ ਗਈ ਮੈਂ ਵੇਖਿਆ ਕਿ ਮਤਲਬ ਇੰਨਾ ਵਾਈਡ ਏਜ ਗਰੁੱਪ ਹੈ, ਮਤਲਬ ਜਿੱਤੀ ਨਹੀਂ ਪਰ ਕਾਫੀ ਕੁਝ ਸਿੱਖਿਆ। ਫਿਰ ਅਗਲੀ ਵਾਰੀ ਪਾਰਟਿਸਿਪੇਟ ਕੀਤਾ, ਫਿਰ ਅਗਲੀ ਵਾਰੀ ਪਾਰਟਿਸਿਪੇਟ ਕੀਤਾ, ਫਿਰ ਹੌਲੀ 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 ਕੁਛ ਨਾ ਕੁਛ ਸਿੱਖਦੀ ਰਹੀ। ਫਿਰ ਮਤਲਬ ਇਸ ਲਾਈਨ ਦੇ ਵਿੱਚ ਵੀ, ਲੈਕਚਰ ਬੋਲਣ ਦੇ ਵਿੱਚ ਵੀ ਮੈਨੂੰ ਅਚੀਵਮੈਂਟਸ ਮਿਲਦੀਆਂ ਗਈਆਂ। ਫਿਰ ਮੈਂ ਪਿਛਲੇ ਤੋਂ ਪਿਛਲੇ ਸਾਲ ਜਦੋਂ ਮੈਂ 9th ਵਿੱਚ ਸੀ, ਹੁਣ ਮੈਂ 11th ਵਿੱਚ ਹਾਂ, ਤਦ ਮੈਂ 9th ਵਿੱਚ ਸੀਗੀ, ਫਿਰ ਮੈਨੂੰ ਫਤਿਹ ਟੀਵੀ ਵੱਲੋਂ ਆਫਰ ਆਇਆ ਸੀ, ਉਹਨਾਂ ਦਾ ਸ਼ੋਅ ਬਾਤਾਂ ਗੁਰੂ ਦੀਆਂ, ਉਹਦੇ ਜੀ ਵਿੱਚ ਮੈਂ ਹੋਸਟਿੰਗ ਕੀਤੀ ਸੀਗੀ, ਐਂਕਰ ਸੀਗੀ ਮੈਂ। ਉਹਨਾਂ ਦਾ ਜਿਹੜਾ ਫਰਸਟ ਸੀਗਾ ਉਹਦੇ ਵਿੱਚ ਮੈਂ ਐਜ਼ ਅ ਗੈਸਟ ਗਈ ਸੀਗੀ, ਮਤਲਬ ਕਵਿਤਾ ਬੋਲਣ ਵਿੱਚ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਬੋਲ ਸਕਦੀ ਹੈ ਵਧੀਆ। ਮੈਂ ਕਵਿਤਾ ਬੋਲੀ, ਉਹਨਾਂ ਨੂੰ ਵਧੀਆ ਲੱਗਾ, ਫਿਰ ਉਹਨਾਂ ਨੇ ਕਾਲ ਕਰਕੇ ਕਿਹਾ ਕਿ ਤੁਸੀਂ ਸਾਡੇ ਮਤਲਬ ਪ੍ਰੋਗਰਾਮ ਤੇ ਐਂਕਰਿੰਗ ਕਰੋਗੇ। ਥੋੜੀ ਟਾਈਮ ਲਈ ਤਾਂ ਮੈਂ ਸ਼ੌਕ ਹੋ ਗਈ, ਕਿਉਂਕਿ ਇਹ ਇੱਕ ਨਵੀਂ ਚੀਜ਼ ਸੀਗੀ, ਇੱਕ ਨਵਾਂ ਐਕਸਪੀਰੀਅੰਸ ਸੀਗਾ। ਬਟ ਫਿਰ ਉਹ ਵੀ ਟਰਾਈ ਕੀਤਾ, ਕਾਫੀ ਵਧੀਆ ਗਿਆ, ਫਿਰ ਬਟ ਲੋਕਡਾਊਨ ਲੱਗ ਗਿਆ ਤੇ ਫਿਰ ਹੋ ਨਹੀਂ ਪਾਇਆ ਅਨਫੋਰਚੁਨੇਟਲੀ। ਬਟ ਹਾਂ, ਜੀ ਹੋਰ ਵੀ ਕਈ ਮਤਲਬ ਓਪਰਚੁਨਿਟੀਜ਼ ਆਉਂਦੀਆਂ ਰਹੀਆਂ। ਲੋਕਡਾਊਨ ਦੇ ਵਿੱਚ ਵੀ ਮੈਂ ਮਤਲਬ ਘਰ ਤੋਂ ਹੀ ਵੀਡੀਓਜ਼ ਬਣਾਉਂਦੀ ਰਹੀ, ਤਾਂ ਕਿ ਲੋਕੀ ਇੱਕ ਆਪਣੇ ਵੱਲੋਂ ਤੇ ਕਿਸੇ ਕੁਛ ਨਾ ਕੁਛ ਆਪਣਾ ਕਰਮ ਤਾਂ ਇਕੱਠਾ ਕਰ ਸਕੀਏ, ਤਾਂ ਕਿ ਕਿਸੇ ਨਾ ਕਿਸੇ ਪਾਸੋਂ ਸ਼ਾਇਦ ਅਸੀਂ ਇੱਕ ਇਨਸਾਨ ਨੂੰ ਮੋਟੀਵੇਟ ਕਰ ਪਾਈਏ। ਤੇ ਫਿਰ ਮੈਂ ਹੌਲੀ 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 ਵੀਡੀਓਜ਼ ਬਣਾਉਂਦੀ ਗਈ ਤੇ ਲੋਕਾਂ ਨੂੰ ਵੀ ਪਸੰਦ ਆਉਣਾ ਸ਼ੁਰੂ ਹੋ ਗਿਆ। ਫਿਰ ਮੇਰਾ ਜੀ ਵਰਲਡ ਬੁੱਕ ਆਫ ਰਿਕਾਰਡ ਵਿੱਚ ਵੀ, ਜਿੱਦਾਂ ਤੁਸੀਂ ਦੱਸਿਆ ਉਹਨੇ, ਤੇ ਵਰਲਡ ਬੁੱਕ ਆਫ ਰਿਕਾਰਡ 'ਚ ਵੀ ਮੇਰਾ ਨਾਮ ਮੈਂਸ਼ਨ ਹੋਇਆ ਸੀਗਾ। ਮੇਰਾ ਜੋ ਮੈਂ ਮੋਟੀਵੇਸ਼ਨਲ ਵੀਡੀਓਜ਼ ਡਾਲਦੀ ਸੀਗੀ ਐਜ਼ ਅ ਕੋਰੋਨਾ ਵਾਰੀਅਰ, ਬਸ ਫਿਰ ਇੱਦਾਂ ਹੀ ਹੌਲੀ ਹੌਲੀ ਵਧਦੀ ਗਈ। ਹੌਲੀ ਹੌਲੀ ਹਾਲੇ ਤੇ ਤੁਸੀਂ ਬਹੁਤ ਵਧਣਾ, ਮਤਲਬ ਜਿਸ ਹਿਸਾਬ ਦੇ ਨਾਲ ਤੁਸੀਂ ਮਿਹਨਤ ਕਰ ਰਹੇ ਹੋ, ਹਨਾ, ਔਰ ਕਹਿੰਦੇ ਨੇ ਨਾ ਜਿੰਨੇ ਨਿਮਾਣੇ ਹੋ ਕੇ ਕੰਮ ਕਰੋਗੇ ਉਨਾ ਜ਼ਿਆਦਾ ਤੁਹਾਨੂੰ ਪਰਮਾਤਮਾ ਵਾਹਿਗੁਰੂ ਦੀ ਮਿਹਰ ਤੁਹਾਡੇ ਤੇ ਬਖਸ਼ਿਸ਼ ਹੁੰਦੀ ਰਹਿੰਦੀ ਹੈ। ਔਰ ਮੈਂ ਤੁਹਾਨੂੰ ਦੇਖਿਆ ਕਿ ਬਹੁਤ ਪੇਸ਼ੈਂਸ ਵੀ ਹੈ, ਬਹੁਤ ਵਧੀਆ ਵੀ ਹੈਗਾ, ਹਨਾ, ਇੱਕ ਬੜਾ ਕੂਲ ਜਿਹਾ ਨੇਚਰ ਜਿਹਨੂੰ ਕਹਿੰਦੇ ਸ਼ਾਂਤ ਸੁਭਾਅ। ਔਰ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਜਿਹੜੀ ਇਹ ਬੇਟੀ ਹੈ ਸਾਡੀ ਵਿਪਨਪ੍ਰੀਤ ਕੌਰ, ਇਸ ਟਾਈਮ ਆਪਣੇ ਸਕੂਲ ਦਾ ਇਹ ਸਟਾਰ ਸਟੂਡੈਂਟ ਹੈ, ਔਰ ਸਕੂਲ ਦੇ ਵੱਲੋਂ ਵਿਪਨਪ੍ਰੀਤ ਕੌਰ ਉਹਨਾਂ ਦੇ ਸਕੂਲ ਵਿੱਚ ਪੜ੍ਹ ਰਹੇ ਨੇ, ਇਸ ਕਰਕੇ ਸਕੂਲ ਦੇ ਵੱਲੋਂ ਉਹਨਾਂ ਨੂੰ ਸਕਾਲਰਸ਼ਿਪ ਦਿੱਤੀ ਗਈ ਹੈ। ਤੁਹਾਡੇ ਇਸੇ ਹੀ ਹਨਾ, ਤੁਸੀਂ ਕਿੰਨੇ ਜ਼ਿਆਦਾ ਇਸ ਟਾਈਮ ਬੁਲੰਦੀਆਂ ਹਾਂਜੀ ਹਾਸਿਲ ਕੀਤੀਆਂ ਵੀ ਨੇ, ਔਰ ਅੱਗੇ ਜਾ ਕੇ ਕਰੋਗੇ ਵੀ। ਔਰ ਮੈਨੂੰ ਸੁਣਨ ਦੇ ਵਿੱਚ ਆਇਆ ਕਿ ਤੁਹਾਨੂੰ ਜਲੰਧਰ ਦੇ ਇੱਕ ਸਕੂਲ ਦੇ ਵੱਲੋਂ ਇੱਕ ਸੈਮੀਨਾਰ, ਬੱਚਿਆਂ ਨੂੰ ਸਮਝਾਉਣ ਦੇ ਲਈ ਇੱਕ ਸੈਮੀਨਾਰ ਵੀ ਆਰਗੇਨਾਈਜ਼ ਕਰਵਾਇਆ ਗਿਆ ਸੀ ਤੁਹਾਡੇ ਲਈ, ਜਿੱਥੇ ਤੁਸੀਂ ਆਪਣਾ ਮੋਟੀਵੇਸ਼ਨਲ ਜਿੱਦਾਂ ਤੁਸੀਂ ਸਪੀਕਰ ਹੋ ਤੇ ਆਪਣੀ ਸਪੀਚ ਵੀ ਦਿੱਤੀ, ਉਹਦੇ ਬਾਰੇ ਵੀ ਸਾਨੂੰ ਥੋੜਾ ਦੱਸ ਦਿਓ। ਉਹ ਅਜੇ ਹੋਣਾ ਹੈ, ਕਿਉਂਕਿ ਮਤਲਬ ਜਿੱਦਾਂ ਪਿਛਲੇ ਸਾਲ ਵੀ ਲੋਕਡਾਊਨ ਲੱਗ ਗਿਆ, ਇਸ ਸਾਲ ਵੀ ਲੱਗ ਗਿਆ, ਤੇ ਅਜੇ ਉਹ ਪੈਂਡਿੰਗ ਲਿਸਟ ਵਿੱਚ ਪਿਆ ਹੋਇਆ ਹੈ, ਅਜੇ ਉਹ ਹੋਇਆ ਨਹੀਂ ਹੈ। ਓਕੇ, ਬਟ ਮਤਲਬ ਤੁਹਾਨੂੰ ਇਨਵਾਈਟ ਕੀਤਾ ਗਿਆ ਕਿ ਤੁਸੀਂ ਬੱਚਿਆਂ ਨੂੰ ਸਮਝਾਓ ਆ ਕੇ, ਹਨਾ, ਇਹ ਇੱਕ ਕਾਫੀ ਮਤਲਬ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਮਤਲਬ ਕਿਸੇ ਸਕੂਲ ਵੱਲੋਂ ਆਫਰ ਆਉਂਦੀ ਹੈ ਤੇ ਪਰਮਾਤਮਾ ਦੀ ਮਿਹਰ ਰਹੀ ਤੇ ਫਿਰ ਉਹ ਵੀ ਹੋ ਜਾਏਗਾ। ਨਹੀਂ, ਬਿਲਕੁਲ ਪਰਮਾਤਮਾ ਦੀ ਮਿਹਰ ਤੇ ਤੁਹਾਡੇ ਤੇ ਹੈ ਹੀ, ਇਹ ਤੇ ਦਿਖ ਹੀ ਰਿਹਾ ਕਿ ਬਹੁਤ ਮਿਹਰ ਹੈ ਪਰਮਾਤਮਾ ਦੀ। ਅਜੇ ਕਿਸ ਤਰ੍ਹਾਂ ਦੇ ਨਾਲ, ਜਿੱਦਾਂ ਮੈਨੂੰ ਤੇ ਮੈਂ ਐਕਸਾਈਟਿਡ ਹੈ ਸੁਣਨ ਨੂੰ ਕਿ ਕਿੱਦਾਂ ਤੁਸੀਂ ਪ੍ਰੋਗਰਾਮ ਨੂੰ ਹੋਸਟ ਕਰਦੇ ਹੋ, ਜਿੱਦਾਂ ਤੁਹਾਨੂੰ ਸਟੇਜ ਦਿੱਤੀ ਜਾਂਦੀ ਹੈ ਜਾਂ ਕੋਈ ਵੀ ਪ੍ਰੋਗਰਾਮ ਦਿੱਤਾ ਜਾਂਦਾ, ਫਿਰ ਸਟਾਰਟਿੰਗ ਦੇ ਵਿੱਚ ਕਿੱਦਾਂ ਹੋਸਟ ਕਰਦੇ ਹੋ ਪ੍ਰੋਗਰਾਮ ਨੂੰ, ਤੁਸੀਂ ਦੱਸੋਗੇ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ? ਜਦੋਂ ਮਤਲਬ ਮੈਂ ਐਂਕਰਿੰਗ ਕਰਦੀ ਹਾਂ ਨਾ, ਉਹ ਕਵਿਤਾ ਦੇ ਵਿੱਚ ਇੱਕ ਚੀਜ਼, ਇੱਕ ਮਤਲਬ ਲਿੰਕ ਜੁੜਿਆ ਹੁੰਦਾ ਹੈ ਕਿ ਤੁਸੀਂ ਬਸ ਇੱਕ ਕੌਨਫੀਡੈਂਸ ਰੱਖਣਾ ਹੈ ਲੋਕਾਂ ਨੂੰ ਆਪਣਾ, ਜੋ ਤੁਹਾਡਾ ਮੈਸੇਜ ਹੈ ਨਾ ਉਹ ਤਾਂ ਤੁਸੀਂ ਕਵਿਤਾ 'ਚ ਦਿੰਦੇ ਹੋ, ਬਟ ਪਰ ਜਿਹੜੀ ਤੁਸੀਂ ਐਂਕਰਿੰਗ ਕਰਦੇ ਹੋ ਉਹਦੇ ਵਿੱਚ ਕੀ ਹੁੰਦਾ, ਤੁਸੀਂ ਲੋਕਾਂ ਨੂੰ ਆਪਣੇ ਨਾਲ ਕਨੈਕਟ ਫੀਲ ਕਰਵਾਉਣਾ ਹੁੰਦਾ ਕਿ ਹਾਂ ਅਗਰ ਇੱਥੇ ਆ ਕੇ ਕੁਝ ਬੋਲ ਰਿਹਾ ਸੀ ਇਹਨੂੰ ਸੁਣਨਾ ਹੈ, ਮਤਲਬ ਉਹਨਾਂ ਦੀ ਇੱਕ ਬਿਲਕੁਲ ਐਕਸਾਈਟਮੈਂਟ ਦਾ ਜਿਹੜਾ ਲੈਵਲ ਹੈ ਨਾ ਉਹ ਇਨਕਰੀਜ਼ ਕਰਵਾਉਣਾ ਹੁੰਦਾ ਵੈ। ਤੇ ਮਤਲਬ ਜਦੋਂ ਮੈਂ ਐਂਕਰਿੰਗ ਕੀਤੀ ਸੀ ਫਸਟ ਟਾਈਮ, ਮੈਨੂੰ ਕੁਛ ਇਸ ਚੀਜ਼ ਬਾਰੇ ਨੋਲੇਜ ਨਹੀਂ ਸੀ, ਬਟ ਜੋ ਉੱਥੇ ਦੇ ਮਤਲਬ ਹੈਡ ਸੀਗੇ, ਜੋ ਮਤਲਬ ਉਹ ਮੈਨੇਜ ਕਰ ਰਹੇ ਸੀ ਉਹ ਹੈਡ ਦੇ ਨੀਚੇ, ਉਹਨਾਂ ਨੇ ਫਿਰ ਥੋੜਾ ਸਾ ਗਾਈਡ ਕੀਤਾ, ਫਿਰ ਮੈਨੂੰ ਪਤਾ ਲੱਗਿਆ ਕਿ ਸਿਰਫ ਆਪਣੇ ਆਪ ਨੂੰ ਜਿਸ ਤਰ੍ਹਾਂ ਤੁਸੀਂ ਹੋ ਨਾ, ਉਹ ਇੱਕ ਹੁੰਦਾ ਔਥੈਂਟਿਕ ਰਹਿਣਾ, ਮਤਲਬ ਇੱਕ ਰੀਅਲ ਰਹਿਣਾ, ਤਾਂ ਕਿ ਲੋਕੀ ਸੁਣ
ਸੁਣਨ ਤੁਹਾਨੂੰ ਮਜ਼ਾ ਆਵੇ, ਇੱਕ ਥੋੜਾ ਜਿਹਾ ਐਂਟਰਟੇਨਮੈਂਟ ਰੱਖਣਾ, ਥੋੜਾ ਜਿਹਾ ਮੈਸੇਜ ਰੱਖਣਾ, ਫਿਰ ਥੋੜਾ ਜਿਹਾ ਲੋਕਾਂ ਨੂੰ ਐਪਰੀਸ਼ੀਏਟ ਕਰਨਾ ਜੋ ਕੰਮ ਕਰ ਰਹੇ ਆ, ਬਸ ਇਹੀ ਹੁੰਦਾ ਹੈ। ਇੱਕ ਬਸ ਇੱਕ ਕਨੈਕਟ ਹੁੰਦਾ ਵੈ ਕਵਿਤਾ ਦੇ ਵਿੱਚ ਤੇ ਲੈਕਚਰ ਬੋਲਣ ਦੇ ਵਿੱਚ, ਜਦ ਵੀ ਮੈਂ ਪਬਲਿਕ ਸਪੀਕਿੰਗ ਕਰਦੀ ਹਾਂ ਤੇ ਐਂਕਰਿੰਗ ਵਿੱਚ, ਕਿ ਇੱਕ ਕੌਨਫੀਡੈਂਸ ਤੇ ਇੱਕ એનર્ਜੀ ਰੱਖਣੀ ਪੈਂਦੀ ਹੈ ਕਿ ਜੋ ਤੁਸੀਂ ਬੋਲ ਰਹੇ ਹੋ ਉਹ ਲੋਕਾਂ ਨੂੰ ਸਿਰਫ ਉਹ ਲੋਕੀ ਸੁਣਨ ਨਾ, ਨਾ ਸਿਰਫ ਉਹਨੂੰ ਸਮਝਣ ਵੀ, ਤੁਸੀਂ ਜੋ ਆਪਣਾ ਮੈਸੇਜ ਦੇਣ ਦੀ ਬਿਲਕੁਲ ਕੋਸ਼ਿਸ਼ ਕਰ ਕਹਿਣਾ ਰਹੇ ਚਾਹ ਰਹੇ ਹੋ ਕਿ ਮਤਲਬ ਤੁਹਾਡੇ ਵਰਡਸ, ਤੁਹਾਡੀ ਮਤਲਬ ਤੁਹਾਡਾ ਬੋਲਣਾ ਤੁਹਾਡੀ ਸੋਚ ਨੂੰ ਜ਼ਾਹਿਰ ਕਰਦਾ ਕਿ ਤੁਸੀਂ ਕੀ ਸੋਚ ਰਹੇ ਹੋ, ਹਾਂਜੀ ਕਿਸ ਤਰ੍ਹਾਂ ਦੇ ਨਾਲ ਤੁਸੀਂ ਹੁਣ ਨਾ ਬੜਾ ਇੰਟਰਸਟਿੰਗ ਜੀ ਮੈਂ ਗੱਲ ਕਹਿਣ ਲੱਗੀ ਹਾਂ। ਹੁਣ ਤੁਸੀਂ ਸਮਝੋ ਤੁਸੀਂ ਮੇਰੇ ਹੋਸਟ ਹੋ ਔਰ ਮੈਂ ਤੁਹਾਡੀ ਗੈਸਟ ਹਾਂ, ਔਰ ਠੀਕ ਪ੍ਰੋਗਰਾਮ ਨੂੰ ਹੁਣ ਤੁਸੀਂ ਥੋੜਾ ਹੋਸਟ ਕਰੋ ਔਰ ਮੈਂ ਐਜ਼ ਅ ਗੈਸਟ ਤੁਹਾਡੇ ਨਾਲ ਗੱਲ ਕਰਦੀ ਹਾਂ, ਫਿਰ ਮੈਨੂੰ ਪਤਾ ਚੱਲੇਗਾ ਕਿ ਤੁਸੀਂ ਕਿੱਦਾਂ ਪ੍ਰੋਗਰਾਮ ਹੋਸਟ ਕਰਦੇ ਹੋ। ਮੈਂ ਤੁਹਾਨੂੰ ਕੁਐਸਚਨ ਸੀ ਪੁੱਛ ਸਕਦੀ ਹਾਂ ਤੁਹਾਡੀ ਲਾਈਫ ਦੇ ਰਿਲੇਟਡ? ਜੀ ਸ਼ਿਓਰ ਤੁਸੀਂ ਪੁੱਛ ਸਕਦੇ ਹੋ। ਮਤਲਬ ਤੁਸੀਂ ਹੁਣ ਜਿਵੇਂ ਹੋਸਟ ਕਰਦੇ ਹੋ, ਮੈਂ ਤੇ ਸਿਰਫ ਅਜੇ ਸਿਰਫ ਥੋੜਾ ਜਿਹਾ ਹੀ ਕੀਤਾ ਹੈ, ਅਜੇ ਇੱਕ ਦੋ ਤਿੰਨ ਕੀਤੇ ਹੈ। ਮੈਂ ਤਾਂ ਤੁਹਾਡੇ ਤੋਂ ਟਿਪਸ ਲੈਣਾ ਚਾਹਾਂਗੀ ਕਿ ਤੁਸੀਂ ਇੰਨਾ ਵਧੀਆ, ਮਤਲਬ ਮੈਂ ਦੇਖਦੀ ਹਾਂ ਫੇਸਬੁੱਕ ਤੇ ਕਿ ਤੁਸੀਂ ਇੰਨਾ ਵਧੀਆ ਹੋਸਟ ਕਰਦੇ ਹੋ, ਲੋਕਾਂ ਨੂੰ ਇੰਨਾ ਅੱਛਾ ਐਪਰੀਸ਼ੀਏਟ ਕਰਦੇ ਹੋ, ਸਾਰਾ ਮਤਲਬ ਮੈਨੇਜ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ, ਤੇ ਉਹੀ ਮੈਂ ਟਿਪਸ ਤੁਹਾਡੇ ਤੋਂ ਲੈਣਾ ਚਾਹਾਂਗੀ ਕਿ ਤੁਸੀਂ ਕਿੱਦਾਂ ਕਰਦੇ ਹੋ। ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮਤਲਬ ਮੈਂ ਜੋ ਵੀ ਕੰਮ ਕਰਦੀ ਆ ਨਾ ਉਹਦੇ ਵਿੱਚ ਮੈਨੂੰ ਇਹ ਲੱਗਦਾ ਹੁੰਦਾ ਮੈਂ ਆਪਣੇ ਇੱਕ ਇੱਕ ਸ਼ਬਦ ਦੇ ਜ਼ਿੰਮੇਵਾਰ ਨਾ ਪਰਮਾਤਮਾ ਨੂੰ ਕਰਾਰ ਦੇ ਦਿੰਦੀ ਆ ਕਿ ਮੇਰੇ ਮੂੰਹ ਚ ਜੋ ਵੀ ਸ਼ਬਦ ਨਿਕਲ ਰਿਹਾ ਨਾ ਚੰਗਾ ਹੈ ਮਾੜਾ ਹੈ ਉਹਦੇ ਜ਼ਿੰਮੇਵਾਰ ਤੁਸੀਂ ਹੋ। ਜੇ ਅਸੀਂ ਇਹ ਸੋਚੇ ਨਾ ਕਿ ਮੈਂ ਇਹ ਕੰਮ ਕਰ ਰਹੀ ਹਾਂ, ਮੈਂ ਤੁਹਾਨੂੰ ਮਤਲਬ ਇਹ ਪਰਸਨਲੀ ਆਪਣਾ ਐਕਸਪੀਰੀਅੰਸ ਦੱਸ ਰਹੀ ਆ ਕਿ ਅਗਰ ਮੈਂ ਸੋਚਾਂ ਨਾ ਕਿ ਇਹ ਕੰਮ ਮੈਂ ਕਰ ਰਹੀ ਹਾਂ ਜਾਂ ਮਤਲਬ ਕਿ ਫਿਰ ਤੁਹਾਨੂੰ ਡਰ ਲੱਗੇਗਾ। ਜਦੋਂ ਤੁਸੀਂ ਕੋਈ ਵੀ ਚੀਜ਼ ਨੂੰ ਆਪਣੇ ਮੂੰਹ ਦੇ ਵਿੱਚੋਂ ਇੱਕ ਇੱਕ ਨਿਕਲੇ ਸ਼ਬਦ ਨੂੰ ਆਪਣੇ ਦਿਨ ਦੀ ਪੂਰੀ ਪ੍ਰਤੀਕਿਰਿਆ ਨੂੰ ਤੁਸੀਂ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਰੋਗੇ ਨਾ, ਫਿਰ ਤੁਸੀਂ ਬੜੇ ਰਿਲੈਕਸ ਹੋ ਕੇ ਹਰ ਇੱਕ ਗੱਲ ਵੀ ਕਰ ਸਕਦੇ ਹੋ, ਹਰ ਇੱਕ ਕੰਮ ਵੀ ਕਰ ਸਕਦੇ ਹੋ, ਕਿਉਂਕਿ ਤੁਹਾਨੂੰ ਪਤਾ ਹੈ ਮੈਂ ਨਹੀਂ ਕਰ ਰਹੀ। ਫਿਰ ਆਪਾਂ ਕਹਿੰਦੇ ਹਾਂ ਕਿ ਵਾਹਿਗੁਰੂ ਜੀ ਤਾਂ ਤੁਸੀਂ ਕਰਾਇਆ ਸੀ, ਇਹ ਤਾਂ ਤੁਸੀਂ ਮੈਨੂੰ ਕਿਹਾ ਸੀ, ਮਤਲਬ ਮੈਨੂੰ ਇਹ ਲੱਗਦਾ। ਉਹੀ ਗੱਲ ਹੁੰਦੀ ਕਿ ਮਤਲਬ ਜਦੋਂ ਅਸੀਂ ਇਹ ਸਮਝ ਲੈਂਦੇ ਹਾਂ ਕਿ ਅਸੀਂ ਪਰਮਾਤਮਾ ਨੇ ਸਾਨੂੰ ਸੇਵਾ ਦਿੱਤੀ ਹੈ, ਅਸੀਂ ਇਹ ਸੇਵਾ ਨਿਭਾਉਣੀ ਹੈ, ਬਸ ਇੱਕ ਇਹੀ ਚੀਜ਼ ਜਦੋਂ ਦਿਮਾਗ 'ਚ ਹੁੰਦੀ ਨਾ ਸਾਡੇ, ਫਿਰ ਕਦੇ ਉਹ ਇੱਕ ਮੈਂ ਹੁੰਦੀ ਹੈ ਨਾ ਜਿਹੜੀ ਸਾਡੀ ਸਕਸੈਸ ਨੂੰ ਤੇ ਫੁੱਲ ਸਟੋਪ ਲਾ ਦਿੰਦੀ ਹੈ, ਉਹ ਨਹੀਂ ਆਉਂਦੀ ਫਿਰ ਸਾਡੇ ਵਿੱਚ। ਮਤਲਬ ਇਹੀ ਸਮਝਣਾ ਚਾਹੀਦਾ ਕਿ ਰੱਬ ਨੇ ਸਾਡੀ ਡਿਊਟੀ ਲਗਾਈ ਹੈ ਚੀਜ਼ ਨੂੰ ਕਰਨ ਦੀ, ਅਸੀਂ ਬਸ ਉਹੀ ਕਰ ਰਹੇ। ਬਿਲਕੁਲ ਬਿਲਕੁਲ। ਔਰ ਦੂਸਰਾ ਸਾਡੇ ਦਿਲ ਦੇ ਵਿੱਚ ਇੱਕ ਇਹ ਜ਼ਰੂਰੀ ਹੋਣਾ ਚਾਹੀਦਾ ਵਿਪਨਵਿਤ ਕਿ ਮਤਲਬ ਸਾਡੇ ਮੂੰਹ ਚੋਂ ਕਦੀ ਅਜਿਹਾ ਸ਼ਬਦ ਨਾ ਕੋਈ ਨਿਕਲੇ ਜਿਹਦੇ ਨਾਲ ਕਿਸੇ ਦਾ ਦਿਲ ਦੁੱਖ ਜਾਏ। ਮਤਲਬ ਹਮੇਸ਼ਾ ਇਹ ਹੈ ਕਿ ਕੋਸ਼ਿਸ਼ ਇਹੀ ਰਹਿਣੀ ਚਾਹੀਦੀ ਹੈ ਕਿ ਚੰਗਾ ਹੀ ਬੋਲੋ ਕਿ ਜਿਹੜਾ ਦੂਜੇ ਨੂੰ ਭਾਵੇਂ ਅਗਲੇ ਬੰਦੇ ਦਾ ਸੋਚਣ ਦਾ ਨਜ਼ਰੀਆ ਜੈਸਾ ਵੀ ਮਰਜ਼ੀ ਹੋਏ ਲੇਕਿਨ ਤੁਹਾਡੇ ਮੂੰਹ ਚੋਂ ਨਿਕਲੇ ਸ਼ਬਦ ਦਾ ਨਜ਼ਰੀਆ ਬਦਲਣ ਦੀ ਤਾਕਤ ਰੱਖਦਾ ਹੋਏ, ਹੈ ਨਾ, ਕਿ ਅਗਰ ਮੈਂ ਇਸ ਇਨਸਾਨ ਨੂੰ ਅੱਗੋਂ ਏਦਾਂ ਬੋਲਿਆ ਲੇਕਿਨ ਇਹਨੇ ਤੇ ਮੈਨੂੰ ਏਦਾਂ ਨਹੀਂ ਕਿਹਾ, ਇਹਨਾਂ ਨੇ ਤਾਂ ਮੈਨੂੰ ਬੜੇ ਵਧੀਆ ਤਰੀਕੇ ਦੇ ਨਾਲ ਆਖਿਆ, ਹੈ ਨਾ। ਔਰ ਮੈਨੂੰ ਪਤਾ ਤੁਸੀਂ ਮੋਟੀਵੇਸ਼ਨਲ ਸਪੀਚਸ ਵੀ ਦਿੰਦੇ ਹੋ, ਬੜੇ ਵਧੀਆ ਸਪੀਕਰ ਵੀ ਹੋ, ਕੋਈ ਅਜਿਹੀ ਸਪੀਚ ਜਿਹੜੀ ਤੁਹਾਨੂੰ ਲੱਗਦਾ ਹੈ ਕਿ ਦਿਲ ਨੂੰ ਛੂ ਜਾਣ ਵਾਲੀ ਹੋਵੇ, ਮੈਂ ਉਹ ਸੁਣਨਾ ਜ਼ਰੂਰ ਚਾਹਾਂਗੀ ਕਿ ਸਾਡੇ ਦਰਸ਼ਕ ਵੀ ਜ਼ਰੂਰ ਸੁਣਨਗੇ ਕਿ ਕੋਈ ਅਜਿਹੀ ਗੱਲ ਹੁੰਦੀ ਹੈ ਨਾ ਕਿ ਜਿਹਦੇ ਨਾਲ ਆਪਾਂ ਸੋਚ ਸਕਦੇ ਹਾਂ ਕਿ ਕਿਸੇ ਦੀ ਜ਼ਿੰਦਗੀ ਨੂੰ ਟੋਹ ਲੈਣ ਵਾਲੀ ਗੱਲ। ਮਤਲਬ ਹੁਣ ਵੀ ਜਿਵੇਂ ਸਰਕਮਸਟਾਂਸਸ ਚੱਲ ਰਹੇ ਨੇ ਕਿ ਲੋਕੀ ਕਾਫੀ ਨਾ ਇਸ ਵਕਤ ਹਤਾਸ਼ ਹੋ ਗਏ ਨੇ ਆਪਣੀ ਜ਼ਿੰਦਗੀ ਵਿੱਚੋਂ, ਮਤਲਬ ਆਪਣੀ ਲਾਈਫ ਨੂੰ ਗਿਵ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਅਸੀਂ ਕਾਫੀ ਮਤਲਬ ਕੇਸਿਸ ਸੁਣੇ ਨੇ ਇਹੋ ਜਿਹੇ ਜਿੱਥੇ ਲੋਕੀ ਮਤਲਬ ਸੁਸਾਈਡ ਕਰ ਲੈਂਦੇ ਨੇ ਕਿਉਂਕਿ ਉਹਨਾਂ ਕੋਲ ਕੋਈ ਆਪਸ਼ਨ ਨਹੀਂ ਬਚਦੀ ਲਾਈਫ 'ਚ। ਜੇ ਮੈਂ ਕਹਾਂ ਕਿ ਉਹ ਆਪਸ਼ਨ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਿ ਜਿੰਨਾ ਉਹ ਆਪਣੀ ਲਾਈਫ ਵਿੱਚ ਅੱਗੇ ਵੱਧ ਸਕਣ, ਸਿਰਫ ਇੱਕ ਛੋਟ ਮਤਲਬ ਛੋਟਾ ਨਹੀਂ ਕਹਾਂਗੀ ਬਟ ਸੁਸਾਈਡ ਕਰਨਾ ਵੀ ਨਾ, ਮਤਲਬ ਉਦੋਂ ਉਸ ਵਕਤ ਅਸੀਂ ਨਹੀਂ ਸੋਚ ਸਕਦੇ ਕਿ ਉਹ ਇਨਸਾਨ ਦੇ ਕੀ ਬੀਤ ਰਹੀ ਹੈ, ਬਟ ਮੈਂ ਇੰਨਾ ਹੀ ਕਹਾਂਗੀ ਕਦੇ ਲਾਈਫ ਤੋਂ ਗਿਵ ਅਪ ਨਹੀਂ ਕਰਨਾ ਚਾਹੀਦਾ। ਲਾਈਫ ਦੇ ਰਿਲੇਟਡ ਮਤਲਬ ਜੋ ਜੋ ਮੈਂ ਅਜੇ ਤੱਕ ਮਤਲਬ ਜੋ ਜੋ ਮੈਂ ਸਿੱਖਿਆ ਇਹੀ ਹੈ ਕਿ ਡੋਂਟ ਗਿਵ ਅਪ ਔਨ ਯੋਰ ਲਾਈਫ, ਕਿਉਂਕਿ ਕਾਫੀ ਵਾਰ ਇੱਦਾਂ ਜ਼ਿੰਦਗੀ ਵਿੱਚ ਹੋਏਗਾ ਜਦੋਂ ਤੁਸੀਂ ਹਾਰੇ ਹੋਏ ਮਹਿਸੂਸ ਕਰੋਗੇ, ਤੁਹਾਨੂੰ ਲੱਗੇਗਾ ਕਿ ਜ਼ਿੰਦਗੀ ਵਿੱਚ ਬਹੁਤ ਹੀ ਜ਼ਿਆਦਾ ਹਨੇਰਾ ਹੈ, ਅੱਗੇ ਵਧਣ ਦਾ ਕੋਈ ਹੁਣ ਰਾਹ ਹੀ ਨਹੀਂ ਹੈਗਾ, ਬਟ ਉਸ ਵਕਤ
ਪਰਮਾਤਮਾ ਉਦੋਂ ਵੀ ਉਸ ਵਕਤ ਵੀ ਜਿਸ ਵੇਲੇ ਤੁਸੀਂ ਪਰਮਾਤਮਾ ਤੋਂ ਨਾਰਾਜ਼ ਹੋ ਨਾ, ਤੁਸੀਂ ਪਰਮਾਤਮਾ ਨੂੰ ਕੋਸ ਰਹੇ ਹੋ ਕਿ ਹੇ ਰੱਬਾ ਤੂੰ ਕੀ ਕਰਤਾ, ਮਤਲਬ ਐਸਾ ਕੁਛ ਹੈ ਨਾ। ਉਸ ਵਕਤ ਵੀ ਪਰਮਾਤਮਾ ਤੁਹਾਡੀ ਬਾਹ ਫੜ ਕੇ ਤੁਹਾਨੂੰ ਇੱਕ ਰੋਸ਼ਨੀ ਦੀ ਕਿਰਨ ਭੇਜਦਾ ਹੋਏਗਾ, ਬਟ ਉਸ ਰੋਸ਼ਨੀ ਦੀ ਕਿਰਨ ਨੂੰ ਤੁਸੀਂ ਪਹਿਚਾਨਣਾ, ਕਿਉਂਕਿ ਹੁਣ ਸਭ ਕੁਛ ਥੋੜਾ ਨਾ ਰੱਬ ਕਰੇਗਾ, ਥੋੜਾ ਜਿਹਾ ਤੁਹਾਨੂੰ ਵੀ ਐਫਰਟਸ ਪੁੱਟ ਕਰਨੇ ਪੈਣਗੇ। ਤੁਹਾਨੂੰ ਦੇਖਣਾ ਪਏਗਾ ਉਹ ਕਿੱਥੋਂ ਰੋਸ਼ਨੀ ਦੀ ਕਿਰਨ ਆ ਰਹੀ ਹੈ, ਤੁਹਾਨੂੰ ਉਸ ਡਾਇਰੈਕਸ਼ਨ ਵੱਲ ਮੂਵ ਕਰਨਾ ਪਵੇਗਾ ਤਾਂ ਕਿ ਤੁਸੀਂ ਆਪਣੀ ਲਾਈਫ ਵਿੱਚ ਕਾਮਯਾਬ ਇਨਸਾਨ ਬਣ ਸਕੋ। ਤਾਂ ਹੋਰ ਮੈਂ ਇੱਕ ਇਹ ਵੀ ਗੱਲ ਕਹਿਣਾ ਚਾਹਾਂਗੀ ਕਿ ਜ਼ਿੰਦਗੀ ਵਿੱਚ ਮਰਨ ਨਾਲੋਂ ਚੰਗਾ ਹੈ ਉਹਨਾਂ ਵਾਸਤੇ ਜੀ ਲਓ ਜਿਨ੍ਹਾਂ ਵਾਸਤੇ ਤੁਸੀਂ ਬਹੁਤ ਇੱਕ ਅਨਮੋਲ ਹੀਰਾ ਹੋ। ਤੇ ਮਤਲਬ ਕਾਫੀ ਵਾਰੀ ਇੱਦਾਂ ਹੋਏਗਾ ਸਿਚੁਏਸ਼ਨ ਇਹੋ ਜਿਹੀ ਲਾਈਫ ਵਿੱਚ ਆਉਣਗੀਆਂ ਨੋ ਡਾਊਟ, ਕਿ ਤੁਹਾਨੂੰ ਲੱਗੇਗਾ ਕਿ ਬਸ ਖਤਮ, ਇਨਫ, ਹੋਰ ਨਹੀਂ ਹੁੰਦਾ, ਹੋਰ ਬਰਦਾਸ਼ਤ ਨਹੀਂ ਹੁੰਦਾ, ਪਰ ਬਿਲਕੁਲ ਤੁਹਾਨੂੰ ਉਸ ਵਕਤ ਹਿੰਮਤ ਰੱਖਣੀ ਪਵੇਗੀ, ਕਿਉਂਕਿ ਕਾਫੀ ਵਾਰੀ ਇੱਦਾਂ ਵੀ ਹੋਏਗਾ। ਮੈਂ ਇੰਨੀ ਵੀ ਗੱਲ ਤੁਹਾਨੂੰ ਕਹਿ ਦਵਾਂ, ਲਾਈਫ ਵਿੱਚ 99.9% ਤੁਸੀਂ ਆਪਣੇ ਗੋਲ ਨੂੰ ਮਤਲਬ ਅਚੀਵ ਕਰਨ ਵਾਸਤੇ ਇੱਕ ਪੁਆਇੰਟ ਤੇ ਰਹਿ, ਇੱਕ ਪੁਆਇੰਟ ਪਿੱਛੇ ਹੋਵੋਗੇ, ਦੂਸਰੀ ਸਾਈਡ ਤੋਂ ਇਹੋ ਜਿਹੀ ਪਲੈਨਿੰਗ ਹੋ ਜਾਏਗੀ ਜੋ ਤੁਸੀਂ ਸੋਚੀ ਵੀ ਨਹੀਂ ਹੋਏਗੀ, ਮਤਲਬ ਤੁਹਾਡੇ ਸੁਪਨਿਆਂ ਵਿੱਚ ਵੀ ਨਹੀਂ ਹੋਏਗੀ ਉਹ ਚੀਜ਼। ਤੁਹਾਨੂੰ ਇਸ ਤਰ੍ਹਾਂ ਮਤਲਬ ਜੋ ਜ਼ਰੂਰੀ ਨਹੀਂ ਕਿ ਡਾਇਰੈਕਟ ਵੇ ਨਾਲ ਤੁਹਾਡੇ ਨਾਲ ਉਹ ਚੀਜ਼ ਹੋ ਰਹੀ ਹੈ, ਮਤਲਬ ਜੋ ਇਨਸਾਨ ਤੁਹਾਡੇ ਨਾਲ ਜੁੜੇ ਹੋਏ ਤੁਹਾਡੀ ਲਾਈਫ ਵਿੱਚ ਬਹੁਤ ਹੀ ਜ਼ਿਆਦਾ ਮਤਲਬ ਤੁਹਾਡੇ ਦਿਲ ਦੇ ਕਰੀਬ ਹੈ, ਤੁਹਾਡੀ ਇੱਕ ਜਿਨ੍ਹਾਂ 'ਚ ਜਾਨ ਵਸਦੀ ਹੈ, ਅਗਰ ਉਹਨਾਂ ਨਾਲ ਕੁਛ ਇਹੋ ਜਿਹੀ ਚੀਜ਼ ਹੋ ਜਾਏ ਜਿਹੜੀ ਤੁਸੀਂ ਸੁਪਨੇ 'ਚ ਵੀ ਨਹੀਂ ਸੋਚੀ ਹੋਏਗੀ, ਤੁਸੀਂ ਤੁਹਾਡੀ ਜ਼ਿੰਦਗੀ ਦੇ ਵਿੱਚ ਤਾਂ ਏਦਾਂ ਲੱਗੇਗਾ ਜਿਵੇਂ ਤਹਿਸ ਨਹਿਸ ਮੱਚ ਗਈ, ਕੁਛ ਜ਼ਿੰਦਗੀ 'ਚ ਬਚਿਆ ਹੀ ਨਹੀਂ। ਬਟ ਇੰਨੀ ਕਹਾਂਗੀ ਕਿ ਵਕਤ ਬਦਲਦਿਆਂ ਨਾ ਦੇਰ ਨਹੀਂ ਲੱਗਦੀ, ਚਾਹੇ ਉਹ ਫਿਰ ਬਾਜ਼ੀਆਂ ਹੀ ਕਿਉਂ ਨਾ ਹੋਣ, ਫਿਰ ਬਾਜ਼ੀਆਂ ਕੀ ਜ਼ਿੰਦਗੀ ਹੀ ਬਦਲ ਜਾਂਦੀ ਹੈ। ਉਸ ਵਕਤ ਬਿਲਕੁਲ ਬਹੁਤ ਕੁਛ ਹੋਏਗਾ, ਕਾਫੀ ਲੋਕੀ ਪਲੈਨਿੰਗ ਕਰਨਗੇ ਕਿ ਤੁਸੀਂ ਡਿੱਗ ਜਾਓ, ਤੁਸੀਂ ਇੱਕ ਸਟੈਪ ਅੱਗੇ ਵਧੋਗੇ ਨਾ, ਲੋਕੀ ਤੁਹਾਨੂੰ 10 ਸਟੈਪ ਨੀਚੇ ਖਿੱਚਣ ਦੀ ਕੋਸ਼ਿਸ਼ ਕਰਨਗੇ। ਅਗਰ ਜੇ ਤੁਸੀਂ ਹਾਰ ਮੰਨ ਲਓਗੇ, ਤੁਸੀਂ ਕਹੋਗੇ ਚਲੋ ਜੀ ਤੁਸੀਂ ਢਿੱਲ ਖੁਦ ਨੂੰ ਦੇ ਦੋਗੇ ਨਾ, ਤੇ ਤੁਸੀਂ ਥੱਲੇ ਡਿੱਗ ਜਾਓਗੇ। ਉਹ ਆਪਣੇ ਪਲਾਨ ਚ ਸਕਸੈਸਫੁਲ ਹੋ ਜਾਣਗੇ, ਉਹ ਆਪਣੇ ਉਮੀਦਾਂ ਦੇ ਵਿੱਚ ਸਕਸੈਸਫੁਲ ਹੋ ਜਾਣਗੇ, ਪਰ ਜੇ ਤੁਸੀਂ ਇੱਕ ਆਪਣੇ ਇਰਾਦੇ ਤੇ ਅਟਲ ਰਹੋਗੇ ਨਾ, ਇੱਕ ਆਪਣੇ ਤੇ ਆਪਣੇ ਪਰਮਾਤਮਾ ਤੇ ਇੱਕ ਭਰੋਸਾ ਰੱਖੋਗੇ ਨਾ, ਤੇ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਆਪਣੇ ਗੋਲ ਨੂੰ ਅਚੀਵ ਕਰਨ ਤੋਂ ਨਹੀਂ ਰੋਕ ਰਹੀ। ਜ਼ਰੂਰੀ ਨਹੀਂ ਹੈ ਕਿ ਤੁਸੀਂ ਜੋ ਚਾਹ ਰਹੇ ਹੋ ਤੁਹਾਨੂੰ ਅੱਜ ਨਹੀਂ ਮਿਲ ਰਿਹਾ ਤੇ ਤੁਹਾਨੂੰ ਕੱਲ੍ਹ ਵੀ ਨਹੀਂ ਮਿਲੇਗਾ, ਕਿਸੇ ਨੂੰ ਨਹੀਂ ਪਤਾ ਕਿ ਨੈਕਸਟ ਮੂਮੈਂਟ ਕੀ ਹੋ ਜਾਣਾ, ਮੈਨੂੰ ਵੀ ਨਹੀਂ ਪਤਾ। ਬਿਲਕੁਲ ਅਗਰ ਮੈਂ ਆਪਣੀ ਲਾਈਫ ਵਿੱਚ ਕੁਝ ਅਚੀਵ ਕਰਨਾ ਚਾਹਾਂ ਤੇ ਮੈਂ ਤੇ ਐਗਜ਼ਾਮਪਲ ਦੇਣਾ ਚਾਹਾਂਗੀ ਕਿ ਕਈ ਵਾਰੀ ਇਦਾਂ ਹੁੰਦਾ ਹੈ ਕਿ ਮੈਨੂੰ ਲਾਈਫ ਵਿੱਚ ਚੀਜ਼ ਵਾਸਤੇ ਮੈਂ ਮਤਲਬ ਪੂਰੀ ਜੀ ਜਾਨ ਮਿਹਨਤ ਕਰ ਦਿੰਦੀ ਹਾਂ, ਪਰ ਇਦਾਂ ਹੁੰਦਾ ਹੈ ਕਿ ਦੂਸਰੀ ਸਾਈਡ ਤੋਂ ਕੁਝ ਇਹੋ ਜਿਹੇ ਐਫਰਟਸ ਪੁੱਟ ਕੀਤੇ ਜਾਂਦੇ ਆ ਕਿ ਮੈਂ ਉਹ ਨਾ ਕਰਾਂ। ਉਸ ਵਕਤ ਹੋ ਜਾਂਦਾ ਹੈ ਇਦਾਂ, ਨੋ ਡਾਊਟ, ਬਟ ਮੇਰੇ ਮੰਮਾ ਮੈਨੂੰ ਇਹੀ ਗੱਲ ਸਮਝਾਉਂਦੇ ਕਿ ਜ਼ਿੰਦਗੀ ਵਿੱਚ ਅਗਰ ਕੁਛ ਨਾ ਮਿਲੇ, ਕੁਛ ਵੀ ਚੀਜ਼ ਨਾ ਨਾ ਮਿਲੇ, ਜਿਸ ਚੀਜ਼ ਨੂੰ ਤੁਹਾਨੂੰ ਚਾਹੁੰਦੇ ਸੀ ਤੁਹਾਨੂੰ ਮਿਲੇ ਕਿਸੇ ਹੋਰ ਨੂੰ ਮਿਲ ਰਹੀ ਹੈ, ਉਸ ਵਕਤ ਇੱਕ ਜੈਲਸੀ ਫੈਕਟਰ ਹੁੰਦਾ ਨਾ ਉਹਨੂੰ ਲਿਆਉਣ ਤੋਂ ਚੰਗਾ, ਜਾਂ ਫਿਰ ਹਤਾਸ਼ ਹੋਣ ਤੋਂ ਚੰਗਾ ਇਹ ਚੀਜ਼ ਸਮਝ ਲਓ ਕਿ ਪ੍ਰਮਾਤਮਾ ਨੂੰ ਪਤਾ ਸੀ ਕਿ ਤੁਹਾਨੂੰ ਉਸ ਚੀਜ਼ ਦੀ ਹਜੇ ਭੁੱਖ ਨਹੀਂ ਹੈਗੀ। ਪ੍ਰਮਾਤਮਾ ਨੂੰ ਪਤਾ ਸੀਗਾ ਕਿ ਇਸ ਚੀਜ਼ ਮੇਰੇ ਬੱਚੇ ਨੂੰ ਇਸ ਚੀਜ਼ ਦੀ ਹਜੇ ਲੋੜ ਨਹੀਂ ਹੈਗੀ, ਜਦੋਂ ਉਹਨੂੰ ਲੋੜ ਹੋਏਗੀ ਉਹਨੇ ਤੁਹਾਨੂੰ ਆਪੇ ਦੇ ਦੇਣਾ। ਕਿਉਂਕਿ ਅਗਰ ਅੱਜ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਐ ਮੈਂ ਪਹਿਲੇ ਕਿਉਂ ਨਹੀਂ ਕੀਤਾ, ਪਰਮਾਤਮਾ ਨੂੰ ਪਤਾ ਸੀ ਕਿ ਇਸ ਚੀਜ਼ ਇਸ ਮੇਰੇ ਬੱਚੇ ਨੂੰ ਇਸ ਚੀਜ਼ ਦੀ ਭੁੱਖ ਹੁਣ ਹੈਗੀ ਹੈ, ਇਹ ਚੀਜ਼ ਇਹਨੂੰ ਹੁਣ ਚਾਹੀਦੀ ਹੈ, ਪਰਮਾਤਮਾ ਨੇ ਮੈਨੂੰ ਹੁਣ ਦੇ ਦਿੱਤੀ। ਪਹਿਲੇ ਦੇ ਦਿੰਦਾ, ਪਹਿਲੇ ਮੈਨੂੰ ਭੁੱਖ ਨਹੀਂ ਸੀ, ਹੁਣ ਦਿੱਤੀ ਕਿਉਂਕਿ ਮੈਨੂੰ ਇਸ ਚੀਜ਼ ਦੀ ਭੁੱਖ ਸੀਗੀ, ਉਹਨੂੰ ਪਤਾ ਸੀ ਕਿ ਇਹ ਮੇਰਾ ਬੱਚਾ ਹੈ, ਇਹਨੂੰ ਇਹ ਚੀਜ਼ ਚਾਹੀਦੀ ਹੈ, ਇਹਨੂੰ ਮੈਂ ਹੁਣ ਦੇਣੀ ਹੈ। ਜ਼ਰੂਰੀ ਨਹੀਂ ਕਿ ਜਿਸ ਚੀਜ਼ ਦੀ ਤੁਸੀਂ ਜਿੱਦ ਕਰੋ ਤੇ ਉਹ ਚੀਜ਼ ਤੁਹਾਨੂੰ ਹੁਣ ਚਾਹੀਦੀ ਹੋਵੇ ਤੁਹਾਨੂੰ ਹੁਣ ਹੀ ਮਿਲੇ, ਕਿਉਂਕਿ ਅਸੀਂ ਉਹ KG KG 1 2 ਦੇ ਬੱਚੇ ਨਹੀਂ ਆ ਕਿ ਜੋ ਸਾਨੂੰ ਟੋਫੀ ਚਾਹੀਦੀ ਹੈ, ਸਾਨੂੰ ਉਸ ਵਕਤ ਟੋਫੀ ਚਾਹੀਦੀ ਹੀ ਚਾਹੀਦੀ ਹੈ। ਇਸੇ ਵਕਤ ਬਿਲਕੁਲ ਟੋਫੀ ਟੋਫੀ ਦੀ ਜਿਹੜੀ ਐਕਸਪਾਇਰੀ ਡੇਟ ਹੁੰਦੀ ਹੈ ਸ਼ਾਇਦ ਤੁਹਾਨੂੰ ਤਾਂ ਨਹੀਂ ਮਿਲ ਰਹੀ ਹੁੰਦੀ, ਤੁਹਾਨੂੰ ਉਹਦਾ ਅੱਛਾ ਟੇਸਟ ਫਿਊਚਰ ਦੇ ਵਿੱਚ ਮਿਲਣਾ ਹੋਵੇ, ਸ਼ਾਇਦ ਤਾਂ ਕਰਕੇ ਤੁਹਾਨੂੰ ਨਹੀਂ ਮਿਲ ਰਹੀ। ਇੱਕ ਬਿਲਕੁਲ ਮਤਲਬ ਖੁਦ ਨੂੰ ਇੱਕ ਦਿਲਾਸਾ ਦੇਣ ਵਾਲੀ ਗੱਲ ਹੁੰਦੀ ਹੈ, ਮਤਲਬ ਮੈਂ ਮੰਨਦੀ ਹਾਂ ਕਿ ਕਹਿਣਾ ਬਹੁਤ ਸੌਖਾ ਹੁੰਦਾ ਹੈ ਕਿ ਹਿੰਮਤ ਰੱਖੋ, ਪਰ ਜਦੋਂ ਜਿਹਦੇ ਤੇ ਬੀਤਦੀ ਹੈ ਨਾ ਜਾਂਦਾ ਉਹੀ ਹੁੰਦਾ। ਪਰ ਇੱਕ ਵਰਡਿੰਗ ਹੈ ਕਿ ਹੇ ਪਰਮਾਤਮਾ ਜੋ ਗਵਾ ਲਿਆ ਉਹ ਮੇਰੀ ਕਿਸਮਤ, ਜੋ ਪਾ ਲਿਆ ਉਹ ਤੇਰੀ ਰਹਿਮਤ। ਉਸ ਵਕਤ ਫਿਰ ਅਸੀਂ ਨਾ ਗ੍ਰੈਟੀਟਿਊਡ ਚ ਰਹਿੰਦੇ ਹਾਂ, ਅਸੀਂ ਉਸ ਵਕਤ ਸਾਨੂੰ ਇਹੋ ਜਿਹੇ ਖਿਆਲ ਨਹੀਂ ਮਨ ਚ ਆਉਂਦੇ ਕਿ ਅਸੀਂ ਲਾਈਫ ਕੁਇਟ ਕਰਨੀ ਹੈ, ਸਾਨੂੰ ਇਹ ਚੀਜ਼ ਕਦੀ ਨਹੀਂ ਸੋਚਣ ਚ ਆਉਂਦੀ ਕਿ ਅਸੀਂ ਸੁਸਾਈਡ ਕਰਨਾ, ਸਾਨੂੰ ਕਦੀ ਸੋਚਣ ਚ ਨਹੀਂ ਆਉਂਦਾ ਕਿ ਅਸੀਂ ਕਿਸੇ ਕੋਲ ਰਿਵੈਂਜ ਲੈਣਾ, ਕਿਉਂਕਿ ਸਾਡੇ ਨਾਲ ਜਦੋਂ ਕੁਛ ਬੁਰਾ ਹੁੰਦਾ ਨਾ, ਜਦ ਅਸੀਂ
ਦੋ ਪਾਸੇ ਵੱਲ ਜਾਂਦੇ ਹਾਂ, ਜਾਂ ਇੱਕ ਜਾਂ ਅਸੀਂ ਆਪਣੀ ਲਾਈਫ ਕੁਟ ਕਰ ਲੈਂਦੇ ਹਾਂ, ਜਾਂ ਜੋ ਸਾਡਾ ਗਲਤ ਹੋਇਆ ਹੁੰਦਾ ਹੈ ਅਸੀਂ ਮਤਲਬ ਉਹਨਾਂ ਕੋਲੋਂ ਰਿਵੈਂਜ ਲੈਣਾ ਸ਼ੁਰੂ ਕਰ ਦਿੰਦੇ। ਹਾਂ, ਇਹਨੇ ਮੈਨੂੰ ਇੱਦਾਂ ਕਿਹਾ ਸੀ, ਮੈਂ ਇਹਨੂੰ ਇਸ ਚੀਜ਼ ਦਾ ਜਵਾਬ ਦੇਣਾ। ਜ਼ਰੂਰੀ ਨਹੀਂ ਹੈ ਕਿ ਤੁਹਾਡਾ ਜਵਾਬ ਦਿੱਤਾ ਉਹਨੂੰ ਸਮਝ ਆ ਜਾਵੇ। ਵਕਤ ਇੱਕ ਵਕਤ ਹੁੰਦਾ ਨਾ, ਉੱਤੇ ਭਰੋਸਾ ਰੱਖਣਾ ਚਾਹੀਦਾ ਹੈ, ਕਿਉਂਕਿ ਜਦੋਂ ਭਗਵਾਨ ਜਦੋਂ ਰੱਬ ਤੁਹਾਡੀ ਬਾਹ ਫੜਦਾ ਨਾ, ਰੱਬ ਜਵਾਬ ਦੇਣ ਤੇ ਆਉਂਦਾ ਨਾ, ਉਹ ਜਿਹਾ ਜਵਾਬ ਕਿਸੇ ਕਿਤਾਬ ਵਿੱਚ ਨਹੀਂ ਲਿਖਿਆ ਹੋ ਸਕਦਾ ਕਿ ਮੈਨੂੰ ਇਸ ਚੀਜ਼ ਮਤਲਬ ਇਹ ਚੀਜ਼ ਮੈਂ ਮੰਨਦੀ ਹਾਂ ਕਿ ਜੋ ਰੱਬ ਤੁਹਾਡੀ ਬਾਂਹ ਫੜਨ ਤੇ ਆਉਂਦਾ ਹੈ, ਤੁਹਾਡੇ ਵਾਸਤੇ ਖੜੇ ਹੋਣ ਤੇ ਆਉਂਦਾ ਨਾ, ਦੁਨੀਆ ਦੀ ਕੋਈ ਤਾਕਤ ਉਸ ਵਕਤ ਕੰਮ ਨਹੀਂ ਕਰ ਸਕਦੀ। ਅੱਜੋ ਅਗਰ ਤੁਸੀਂ ਆਪਣੀ ਲਾਈਫ ਵਿੱਚ ਸਕਸੈਸਫੁਲ ਨਹੀਂ ਹੋ ਰਹੇ, ਡਜ਼ਨਟ ਮੀਨ ਕਿ ਤੁਸੀਂ ਅੱਗੇ ਫਿਊਚਰ 'ਚ ਵੀ ਨਹੀਂ ਹੋਵੋਗੇ। ਆਪਣੇ ਐਫਰਟਸ ਪੁੱਟ ਕਰਦੇ ਰਹੋ, ਕੀ ਪਤਾ ਤੁਸੀਂ ਕੁਝ ਗਲਤ ਕਰ ਰਹੇ ਹੋਵੋ, ਤੁਹਾਨੂੰ ਤੁਸੀਂ ਕੁਝ ਕਿੱਥੇ ਇੰਪਰੂਵ ਕਰਨ ਦੀ ਤੁਹਾਨੂੰ ਲੋੜ ਹੋਵੇ, ਕਿਤੇ ਤੁਹਾਨੂੰ ਹੋਰ ਕੁਝ ਅੱਛਾ ਕਰਨ ਦੀ ਲੋੜ ਹੋਵੇ, ਤਦ ਕਰਕੇ ਤੁਸੀਂ ਨਹੀਂ ਉਸਨੂੰ ਅਚੀਵ ਕਰ ਪਾ ਰਹੇ। ਅਗਰ ਅਸੀਂ ਖੁਦ ਵਿੱਚ ਗਲਤੀ ਲੱਭਾਂਗੇ ਨਾ, ਅਸੀਂ ਖੁਦ ਦਾ ਇੱਕ ਐਡਵੋਕੇਟ ਬਣ ਜਾਵਾਂਗੇ। ਆਪਣੇ ਆਪ ਨੂੰ ਕ੍ਰਿਟੀਸਾਈਜ਼ ਕਰਨ ਤੋਂ ਚੰਗਾ, ਅਗਰ ਅਸੀਂ ਖੁਦ ਦਾ ਐਡਵੋਕੇਟ ਬਣ ਜਾਵਾਂਗੇ ਨਾ, ਸਾਨੂੰ ਕਾਫੀ ਕੁਝ ਆਪਣੇ ਬਾਰੇ ਪਤਾ ਲੱਗ ਜਾਏਗਾ। ਖੁਦ ਨੂੰ ਕੋਸਣ ਨਾਲੋਂ ਚੰਗਾ ਹੈ ਖੁਦ ਨੂੰ ਇੰਪਰੂਵ ਕਰਨਾ ਸਿੱਖੋ। ਉਹਨਾਂ ਕੀ ਹੋਏਗਾ, ਨੈਗੇਟਿਵਿਟੀ ਜਿਹੜੀ ਦਿਮਾਗ ਵਿੱਚ ਹੁੰਦੀ ਨਾ, ਉਹ ਆਉਣੀ ਬੰਦ ਹੋ ਜਾਏਗੀ। ਤੇ ਮਤਲਬ ਇੱਕ ਹਿੰਦੀ ਵਿੱਚ ਕੁਝ ਲਾਈਨਸ ਹੈ, ਜਦੋਂ ਵੀ ਮਤਲਬ ਮੈਂ ਥੋੜੀ ਜਿਹੀ ਡੀਮੋਟੀਵੇਟ ਹੋ ਜਾਂਦੀ ਹਾਂ, ਉਹ ਮੈਂ ਖੁਦ ਨੂੰ ਹਮੇਸ਼ਾ ਯਾਦ ਦਿਲਾਉਂਦੀ ਹਾਂ। ਯੂੰ ਹੀ ਨਹੀਂ ਮਿਲਤੀ ਰਾਹੀ ਕੋ ਮੰਜ਼ਿਲ, ਇੱਕ ਜਨੂਨ ਸਾ ਦਿਲ ਮੇਂ ਜਗਾਨਾ ਹੋਤਾ ਹੈ, ਪੂਛਾ ਚਿੜੀਆ ਸੇ ਕੈਸੇ ਬਨਾਇਆ ਆਸ਼ੀਆਨਾ, ਬੋਲੀ ਭਰਨੀ ਪੜਤੀ ਹੈ ਉਡਾਨ, ਬਾਰ ਬਾਰ ਤਿਨਕਾ ਤਿਨਕਾ ਉਠਾਨਾ ਹੋਤਾ ਹੈ। ਤੁਹਾਡੇ ਐਫਰਟਸ, ਸਿਰਫ ਬਹੁਤ ਵੱਡੇ ਐਫਰਟਸ ਨਹੀਂ ਹੋਣਗੇ, ਕਿ ਮੈਂ ਐਵੇਂ ਨਹੀਂ ਕਹਾਂਗੀ ਕਿ ਤੁਸੀਂ ਐਫਰਟਸ ਪੁੱਟ ਕਰਦੇ ਰਹੋ ਤੁਸੀਂ ਇੱਕ ਦਿਨ ਸਕਸੈਸਫੁਲ ਹੋ ਜਾਓਗੇ, ਕਿਉਂਕਿ ਮੈਨੂੰ ਇਸ ਚੀਜ਼ 'ਚ ਮੈਨੂੰ ਮਤਲਬ ਬਿਲੀਵ ਨਹੀਂ ਹੋਇਆ ਕਿ ਇੱਕ ਦਿਨ ਉਹ ਕਿਹੜਾ ਹੋਏਗਾ, ਉਹ ਮੈਨੂੰ ਵੀ ਨਹੀਂ ਪਤਾ। ਮੈਨੂੰ ਇਸ ਚੀਜ਼ 'ਚ ਬਿਲੀਵ ਹੈਗਾ ਵੈ ਕਿ ਤੁਸੀਂ ਜਦੋਂ ਕੰਸਟੈਂਟ ਐਫਰਟਸ ਪੁੱਟ ਕਰੋਗੇ ਨਾ, ਇੰਪਰੋਵਾਈਜ਼ ਕਰੋਗੇ, ਖੁਦ ਨੂੰ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋਗੇ, ਤੁਸੀਂ ਦੇਖੋਗੇ ਤੁਹਾਡੇ 'ਚ ਖੁਦ ਇੱਕ ਚੇਂਜ ਆ ਰਿਹਾ, ਤੁਸੀਂ ਇੱਕ ਅੱਛੇ ਇਨਸਾਨ ਬਣ ਰਹੇ ਹੋ, ਤੁਹਾਡੇ 'ਚ ਗ੍ਰੈਟੀਟਿਊਡ ਆ ਰਿਹਾ ਹੈ, ਤੁਸੀਂ ਸਕਸੈਸ ਪਾਣੀ ਸ਼ੁਰੂ ਕਰ ਰਹੇ ਹੋ, ਛੋਟੀ 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 ਸਕਸੈਸ ਤੁਹਾਨੂੰ ਮਿਲਣੀ ਸ਼ੁਰੂ ਹੋ ਰਹੀ ਹੈ, ਫਿਰ ਤੁਹਾਨੂੰ ਆਪੇ ਸਕਸੈਸਫੁਲ ਬਣ ਜਾਓਗੇ। ਕਿਉਂਕਿ ਇੱਕ ਦਿਨ ਸਕਸੈਸਫੁਲ ਹੋਣ ਵਾਲਾ ਮੈਨੂੰ ਫਿਲਾਸਫੀ ਅੱਜ ਤੱਕ ਸਮਝ ਨਹੀਂ ਲੱਗੀ ਕਿ ਇੱਕ ਦਿਨ ਬੰਦਾ ਕਿੱਦਾਂ ਸਕਸੈਸਫੁਲ ਹੁੰਦਾ ਹੈ। ਹੌਲੀ 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 ਜਦੋਂ ਤੁਸੀਂ ਇੱਕ ਅੱਛੇ ਇਨਸਾਨ ਬਣਦੇ ਹੋ, ਤੇ ਤੁਸੀਂ ਜੋ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੁਹਾਨੂੰ ਥੋੜਾ ਥੋੜਾ ਮਿਲਣਾ ਸ਼ੁਰੂ ਹੋ ਜਾਂਦਾ ਹੈ ਨਾ, ਤੁਹਾਨੂੰ ਆਪੇ ਤੁਸੀਂ ਉਹ ਸਕਸੈਸ ਜਰਨੀ ਦੀ ਔਰ ਮਤਲਬ ਅੱਗੇ ਵਧਦੇ ਜਾਂਦੇ ਹੋ। ਤੇ ਇਹੀ ਹੈ ਕਿ ਮਤਲਬ ਆਪਣੇ ਆਪ ਤੇ ਭਰੋਸਾ ਤੇ ਪਰਮਾਤਮਾ ਤੇ ਭਰੋਸਾ ਰੱਖੋ। ਹਰ ਚੀਜ਼ ਦਾ ਇੱਕ ਵਕਤ ਹੁੰਦਾ ਹੈ, ਅੱਜ ਨਹੀਂ ਮਿਲ ਰਹੀ ਕੱਲ ਮਿਲ ਜਾਏਗੀ। ਇੱਕ ਇੱਕ ਉਮੀਦ ਹੀ ਰੱਖਣੀ ਹੈ ਨਾ, ਜਿਸ ਤਰ੍ਹਾਂ ਮਰਜ਼ੀ ਰੱਖ ਲਓ। ਬਿਲਕੁਲ ਬਿਲਕੁਲ, ਤੁਸੀਂ ਬਹੁਤ ਵਧੀਆ ਸਮਝਾਇਆ ਔਰ ਮੈਨੂੰ ਤੇ ਆਪੇ ਬਹੁਤ ਕੁਛ ਸਮਝ ਆਇਆ। ਮਤਲਬ ਹਮੇਸ਼ਾ ਕਹਿੰਦੇ ਨੇ ਨਾ ਕਿ ਹਰ ਇੱਕ ਇਨਸਾਨ ਕੋਲੋਂ ਸਿੱਖੋ, ਜਿੰਨਾ ਹੋ ਸਕਦਾ ਸਿੱਖੋ। ਮਤਲਬ ਕਿ ਕਦੀ ਵੀ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਨੂੰ ਬਹੁਤ ਆ ਗਿਆ ਜਾਂ ਹਨਾ ਸਿੱਖਦੇ ਰਹੋ। ਜਿੱਦਾਂ ਤੁਸੀਂ ਇੰਨੀ ਗੱਲ ਮਤਲਬ ਜਿੱਦਾਂ ਗੱਲ ਸਮਝਾਈ ਹੈ, ਉਹ ਤੋਂ ਇੱਕ ਵਰਡ ਸਾਨੂੰ ਇਹ ਜ਼ਰੂਰ ਕਲੀਅਰ ਹੁੰਦਾ ਹੈ ਕਿ ਮਤਲਬ ਰਜਾ ਦੇ ਵਿੱਚ ਰਹਿਣਾ, ਜਿੰਨਾ ਜ਼ਿਆਦਾ ਅਸੀਂ ਆਪਣੇ ਮਨ ਨੂੰ ਤਸੱਲੀ ਮਤਲਬ ਸਮਝਾਉਣਾ, ਸਭ ਤੋਂ ਪਹਿਲਾਂ ਤੇ ਹੈ ਕਿ ਜੋ ਪਰਮਾਤਮਾ ਕਰ ਰਿਹਾ ਉਹਦੀ ਰਜਾ ਦੇ ਵਿੱਚ ਹੋ ਰਿਹਾ ਹੈ ਨਾ। ਐਂਡ ਜ਼ਿੰਦਗੀ ਸ਼ਾਇਦ ਫਿਰ ਜੀਣੀ ਸੌਖੀ ਹੋ ਜਾਂਦੀ, ਫਿਰ ਸਾਨੂੰ ਆਪਣੀ ਜ਼ਿੰਦਗੀ ਕਦੀ ਵੀ ਬੋਝ ਨਹੀਂ ਲੱਗਦੀ। ਅਸੀਂ ਇੱਦਾਂ ਨਿਰਾਸ਼ ਨਹੀਂ ਨਾ ਹੁੰਦੇ ਕਿ ਹਾਂ ਹੁਣ ਮੈਂ ਥੱਕ ਗਈ ਹਾਂ ਜਾਂ ਥੱਕ ਗਿਆ ਵਾਂ ਕਿ ਪਤਾ ਨਹੀਂ ਅੱਗੇ ਕੀ ਹੋਣਾ, ਚਲੋ ਜੋ ਹੋਣਾ ਹੋ ਜਾਏਗਾ। ਐਸਾ ਨਹੀਂ ਹੁੰਦਾ, ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਦੇ ਰਹੋ। ਕਹਿੰਦੇ ਨੇ ਨਾ ਕਿ ਕਰਮ ਕਰ ਫਲ ਕੀ ਇੱਛਾ ਮਤ ਕਰ, ਕਰਮ ਕਰਦੇ ਜਾਓ, ਜ਼ਰੂਰੀ ਨਹੀਂ ਕਿ। ਲੇਕਿਨ ਅੱਜ ਕੱਲ ਦਾ ਜ਼ਮਾਨਾ ਹੈ ਨਾ, ਪਤਾ ਨਹੀਂ ਮਤਲਬ ਮੈਨੂੰ ਲੱਗਦਾ ਕਿ ਕਾਫੀ ਕੁਛ ਸਾਡੀ ਸੋਚ ਬਦਲੀ ਹੋਈ ਹੈ। ਜ਼ਰੂਰਤ ਹੈ ਸਾਨੂੰ ਟਾਈਮ ਟੂ ਟਾਈਮ ਇੱਦਾਂ ਦੀ ਮੋਟੀਵੇਸ਼ਨਲ ਸਪੀਚਿਸ ਸੁਣਨ ਦੀ। ਜਦੋਂ ਕਿਸੇ ਦੇ ਨਿਰਾਸ਼ ਹੋਵੋ ਤੁਹਾਨੂੰ ਲੱਗਦਾ ਹੈ ਨਾ ਸਾਨੂੰ ਇੱਦਾਂ ਦਾ ਫੀਲ ਹੁੰਦਾ, ਤਾਂ ਫਿਰ ਸੁਣੋ ਇੱਦਾਂ ਦੀਆਂ ਗੱਲਾਂ, ਤਾਂ ਥੋੜੀ ਦੇਰ ਵਾਸਤੇ ਕਿਤੇ ਸੁਣਦੇ ਰਹੋ ਸੁਣਦੇ ਰਹੋ ਸੁਣਦੇ ਰਹੋ, ਕਦੀ ਨਾ ਕਦੀ ਤੇ ਅਸੀਂ ਅਸਰ ਕਰਾਂਗੇ ਨਾ, ਕਦੀ ਤੇ ਚੇਂਜਸ ਆਉਣਗੀਆਂ। ਔਰ ਵਿਪਨਪ੍ਰੀਤ, ਕੁਛ ਕੋਈ ਹੋਰ ਵੀ ਘਰ ਦੇ ਵਿੱਚ ਇੰਨਾ ਮੋਟੀਵੇਟ ਕਰਨ ਵਾਲਾ ਹੈ, ਤੁਹਾਨੂੰ ਇਹ ਮੋਟੀਵੇਸ਼ਨਲ ਜਿਹੜੀ ਤੁਹਾਨੂੰ ਇਹ ਮੋਟੀਵੇਸ਼ਨ ਜਿਹੜੀ ਕਿੱਥੋਂ ਮਿਲਦੀ ਆ ਕਿ ਮਤਲਬ ਕਰਦਾ ਮੈਂ ਨਾ, ਮੋਟੀਵੇਟ? ਹਾਂਜੀ ਮਤਲਬ ਮੈਂ ਕਾਫੀ ਵਾਰੀ ਵੇਖਿਆ ਅਸੀਂ ਹਤਾਸ਼ ਹੋ ਜਾਂਦੇ ਹਾਂ ਨਾ, ਜਾਂ ਫਿਰ ਅਸੀਂ ਡੀਮੋਟੀਵੇਟ ਹੋ ਜਾਂਦੇ, ਅਸੀਂ ਯੂਟਿਊਬ ਤੇ ਜਾਂ ਫਿਰ ਗੂਗਲ ਤੇ ਲੱਭਦੇ ਹਾਂ ਹਾਊ ਟੂ ਗੈਟ ਮੋਟੀਵੇਟ, ਹਾਊ ਟੂ ਗੈਟ
ਮਤਲਬ ਬਹੁਤ ਕੁਝ ਅਸੀਂ ਹਾਊ ਟੂ ਗੈਟ ਪੋਜ਼ਿਟਿਵ ਅਸੀਂ ਇਹ ਸਭ ਦੇਖਦੇ ਹਾਂ, ਬਟ ਮੈਨੂੰ ਇਹ ਲੱਗਦਾ ਕਿ ਸਾਡੇ ਆਸ ਪਾਸ ਹੀ ਇੰਸਪੀਰੇਸ਼ਨਸ ਹੁੰਦੀਆਂ ਹੈ। ਮਤਲਬ ਮੈਨੂੰ ਆਪਣੀ ਲਾਈਵ ਇੰਸਪੀਰੇਸ਼ਨ ਆਪਣੇ ਮੰਮਾ ਪਾਪਾ ਚ ਦਿਖਦੀ ਹੈ, ਮਤਲਬ ਉਹਨਾਂ ਦਾ ਸਟਰਗਲ ਹੀ ਮੇਰੇ ਲਈ ਇੰਸਪੀਰੇਸ਼ਨ ਹੈ। ਕਾਫੀ ਕੁਝ ਉਹਨਾਂ ਕੋ ਮੈਂ ਰੋਜ਼ ਸਿੱਖਦੀ ਹਾਂ, ਇੱਕ ਚੀਜ਼ ਮੈਂ ਜ਼ਰੂਰ ਉਹਨਾਂ ਕੋ ਸਿੱਖਦੀ ਹਾਂ, ਜਿੱਦਾਂ ਮੈਂ ਦੱਸਿਆ ਕਿ ਆਪਣੀ ਜ਼ਿੰਦਗੀ ਨੂੰ ਕਦੇ ਕੁਇਟ ਨਹੀਂ ਕਰਨਾ ਚਾਹੀਦਾ। ਕਾਫੀ ਵਾਰੀ ਇੱਦਾਂ ਦੇ ਸਰਕਮਸਟਾਂਸਿਸ ਆਉਂਦੇ ਹੈ ਜਿਸ ਵੇਲੇ ਉਹਨਾਂ ਕੋ ਚੁਆਇਸ ਹੁੰਦੀ ਹੈ ਕਿ ਆਪਣੀ ਲਾਈਫ ਗਿਵ ਅਪ ਕਰ ਦੇਣ, ਬਟ ਉਹ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਅਸੀਂ ਨਜ਼ਰ ਆ ਜਾਂਦੇ ਹਾਂ। ਤੇ ਮਤਲਬ ਇਹੀ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਮੇਰੇ ਮੰਮਾ ਪਾਪਾ ਸਾਡੇ ਵਾਸਤੇ ਇੰਨਾ ਕੁਛ ਕਰ ਰਹੇ ਆ। ਅਗਰ ਉਹ ਆਪਣੀ ਲਾਈਫ ਵਿੱਚ ਇੰਨੇ ਵੱਡੇ ਵੱਡੇ ਸਟਰਗਲਸ ਨੂੰ ਦੇਖ ਕੇ ਅੱਗੇ ਵੱਧ ਸਕਦੇ ਹੈ, ਤੇ ਜਿਹੜੀ ਛੋਟੀ 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 ਪ੍ਰੋਬਲਮਸ ਹੈ ਅਸੀਂ ਉਹਨਾਂ ਨੂੰ ਕਿਉਂ ਨਹੀਂ ਟੈਕਲ ਕਰ ਪਾਉਂਦੇ, ਕਿਉਂ ਨਹੀਂ ਡੀਲ ਕਰ ਪਾਉਂਦੇ। ਅਸੀਂ ਆਪਣੇ ਮੰਮਾ ਪਾਪਾ ਕੋ ਬਹੁਤ ਕੁਛ ਸਿੱਖ ਸਕਦੇ ਹਾਂ। ਉਹ ਇੱਕ ਸਮਾਈਲ ਜਿਹੜੀ ਹੈ ਨਾ ਸਾਡੇ ਸਾਹਮਣੇ ਹੁੰਦੀ ਹੈ ਉਹਨਾਂ ਦੇ ਫੇਸ ਤੇ, ਪਰ ਸਾਨੂੰ ਨਹੀਂ ਪਤਾ ਹੁੰਦਾ ਕਿ ਅੰਦਰੋਂ ਕਿੰਨੇ ਉਹ ਆਪਣੀ ਪ੍ਰੋਬਲਮਸ ਵਾਸਤੇ ਪਰੇਸ਼ਾਨ ਨੇ। ਸਾਨੂੰ ਨਹੀਂ ਉਹ ਦੱਸਦੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਅਸੀਂ ਪਰੇਸ਼ਾਨ ਹੋ ਜਾਈਏ। ਉਹ ਸਾਨੂੰ ਜ਼ਿੰਦਗੀ ਦਾ ਹਰ ਇੱਕ ਸੁੱਖ ਦਿੰਦੇ ਨੇ, ਬਟ ਇੱਕ ਸਾਡੀ ਵੀ ਇੱਕ ਹੁੰਦੀ ਹੈ ਨਾ ਇੱਕ ਇੰਸਪੀਰੇਸ਼ਨ, ਸਾਨੂੰ ਆਪਣੇ ਪੇਰੈਂਟਸ ਕੋਲ ਵੀ ਲੈਣੀ ਚਾਹੀਦੀ ਹੈ। ਉਹਨਾਂ ਕੁਝ ਸਿੱਖਣਾ ਚਾਹੀਦਾ ਹੈ ਕਿ ਕਿੱਦਾਂ ਆਪਣੀ ਲਾਈਫ ਵਿੱਚ ਸਟਰਗਲਸ ਨੂੰ ਮਤਲਬ ਡੀਲ ਕਰਦੇ ਹੋਏ ਅੱਗੇ ਵਧਣਾ ਹੈ, ਕਿਉਂਕਿ ਇੱਕ ਨਾ ਇੱਕ ਦਿਨ ਮਤਲਬ ਤੁਸੀਂ ਇਹ ਚੀਜ਼ ਜ਼ਰੂਰ ਫੀਲ ਕਰੋਗੇ। ਮਤਲਬ ਜ਼ਰੂਰ ਇਹ ਹੋਏਗਾ ਕਿ ਤੁਹਾਨੂੰ ਲੱਗੇਗਾ ਕਿ ਹਾਂ ਜੋ ਮੈਂ ਐਫਰਟਸ ਪੁੱਟ ਕੀਤੇ ਸੀ, ਮੈਂ ਆਪਣੀ ਲਾਈਫ ਨੂੰ ਗਿਵ ਅਪ ਨਹੀਂ ਕੀਤਾ, ਉਹ ਇੱਕ ਸਹੀ ਡਿਸੀਜਨ ਸੀਗਾ। ਤੁਸੀਂ ਆਪਣੇ ਡਿਸੀਜਨ ਨੂੰ ਕਦੇ ਰਿਗਰੈਟ ਨਹੀਂ ਫੀਲ ਕਰੋਗੇ। ਫਿਰ ਇਹੀ ਹੈ ਕਿ ਮਤਲਬ ਮੈਂ ਆਪਣੇ ਮੰਮਾ ਪਾਪਾ ਕੋਲ ਰੋਜ਼ ਇਹੀ ਸਭ ਸਿੱਖਦੀ ਰਹਿੰਦੀ ਹਾਂ। ਬਿਲਕੁਲ, ਬਹੁਤ ਵਧੀਆ ਤੁਹਾਡਾ ਘਰ ਦਾ ਮਾਹੌਲ ਵੀ ਜਿਹੜਾ ਬਹੁਤ ਜ਼ਿਆਦਾ ਮੈਟਰ ਕਰਦਾ ਹੈ ਨਾ। ਔਰ ਕੋਈ ਜਿੱਦਾਂ ਤੁਸੀਂ ਕਿਹਾ ਕਿ ਸਿੱਖਦੇ ਤੁਸੀਂ ਮੰਮਾ ਪਾਪਾ ਕੋਲੋਂ ਹੀ ਹੋ, ਔਰ ਮੈਂ ਤੁਹਾਡੇ ਕੋਲੋਂ ਸਵਾਲ ਪੁੱਛਣ ਲੱਗੀ ਸੀ ਕਿ ਤੁਹਾਡਾ ਕੋਈ ਰੋਲ ਮਾਡਲ ਹੈ, ਤੁਸੀਂ ਕਿਸੇ ਨੂੰ ਫੋਲੋ ਕਰਦੇ, ਤੇ ਓਬਵੀਅਸ ਜੀ ਗੱਲ ਹੈ ਕਿ ਤੁਸੀਂ ਹਾਂਜੀ ਆਪਣੇ ਮੰਮਾ ਪਾਪਾ ਨੂੰ ਹੀ ਤੁਹਾਡੇ ਰੋਲ ਮਾਡਲ, ਤੁਹਾਡੇ ਮਦਰ ਹੀ ਹੋਣਗੇ ਕਿ ਹਾਂਜੀ ਕਿੰਨਾ ਕਿੰਨਾ ਤੁਹਾਡੇ ਲਈ ਉਹਨਾਂ ਨੇ ਕੀਤਾ ਹੈ। ਦੋਨੋਂ ਪੇਰੈਂਟਸ ਮਤਲਬ ਮੰਮਾ ਪੁਸ਼ ਕਰਦੇ ਰਹਿੰਦੇ ਅੱਗੇ ਅੱਗੇ ਕਿ ਨਹੀਂ, ਅਗਰ ਮੇਰਾ ਕਈ ਵਾਰੀ ਮਨ ਨਹੀਂ ਨਾ ਹੁੰਦਾ ਤਾਂ ਵੀ ਮੰਮਾ ਕਹਿੰਦੇ ਕਿ ਨਹੀਂ ਤੂੰ ਕਰ ਕੁਛ ਤਾਂ ਸਿੱਖੇਂਗੀ। ਪਾਪਾ ਦਾ ਇੱਕ ਸਪੋਰਟ ਹਮੇਸ਼ਾ ਹੁੰਦਾ ਹੈ ਕਿ ਨਹੀਂ ਨਹੀਂ ਤੂੰ ਕਰ ਲੇਂਗੀ, ਤੂੰ ਅੱਗੇ ਵੱਧ, ਮੈਂ ਤੇਰੇ ਨਾਲ ਆ। ਫਿਰ ਉਹ ਦੋਨਾਂ ਦਾ ਕੰਬਾਈਨ ਇੱਕ ਮਿਲਦਾ ਰਹਿੰਦਾ ਸਪੋਰਟ ਤੇ ਮੋਟੀਵੇਸ਼ਨ। ਜੀ, ਬਹੁਤ ਵਧੀਆ ਹੈ। ਔਰ ਮਤਲਬ ਹੁਣ ਅੱਗੇ ਦਾ ਕੀ ਤੁਸੀਂ ਕੁਛ ਹੁੰਦਾ ਨਾ ਲਾਈਫ ਦੇ ਵਿੱਚ ਸੋਚਿਆ ਹੁੰਦਾ ਹੈ ਕਿ ਮੈਂ ਅੱਗੇ ਇਹ ਕਰਨਾ, ਤੁਸੀਂ ਕੁਛ ਸੋਚਿਆ ਕਿ ਹੁਣ ਲਾਈਫ ਦੇ ਵਿੱਚ ਅੱਗੇ ਕੀ ਕਰਨਾ ਹੈ? ਜਾਂ ਸਭ ਤੋਂ ਪਹਿਲਾਂ ਮਤਲਬ ਮੈਂ ਖੁਦ ਦੀ ਤਾਰੀਫ ਨਹੀਂ ਕਰਾਂਗੀ, ਮੈਂ ਇਹ ਕਹਾਂਗੀ ਕਿ ਮਤਲਬ ਇਨਸਾਨ ਇੱਕ ਚੰਗਾ ਇਨਸਾਨ ਬਣਨਾ ਬਹੁਤ ਜ਼ਰੂਰੀ ਹੈ। ਮੈਂ ਪਹਿਲੇ ਤੇ ਮਤਲਬ ਮੈਂ ਇਹੀ ਕਹਿੰਦੀ ਹਾਂ ਕਿ ਹਜੇ ਵੀ ਮੇਰੇ ਚ ਬਹੁਤ ਜ਼ਿਆਦਾ ਇਹੋ ਜਿਹੀ ਚੀਜ਼ਾਂ ਨੇ ਜਿਹੜੀਆਂ ਮੈਂ ਆਪਣੇ ਆਪ 'ਚ ਚੇਂਜ ਕਰਨਾ ਚਾਹੁੰਦੀ ਹਾਂ, ਮਤਲਬ ਖੁਦ ਨੂੰ ਇੰਪਰੂਵ ਕਰਨਾ ਚਾਹੁੰਦੀ ਹਾਂ। ਇੱਕ ਪਹਿਲੇ ਤੇ ਮੈਂ ਚੰਗਾ ਇਨਸਾਨ ਬਣਨਾ ਚਾਹੁੰਦੀ ਹਾਂ, ਜਿੱਥੋਂ ਤੱਕ ਮੇਰੀ ਹੈਸੀਅਤ ਹੋਵੇਗੀ ਮੈਂ ਲੋਕਾਂ ਦੀ ਹੈਲਪ ਕਰਨਾ ਚਾਹੁੰਦੀ ਹਾਂ। ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਕਿ ਤੁਹਾਨੂੰ ਲਾਈਫ 'ਚ ਹੈਲਪ ਦੀ ਲੋੜ ਹੁੰਦੀ ਹੈ, ਤੁਸੀਂ ਲੋਕਾਂ ਕੋਲੋਂ ਮੰਗਦੇ ਹੋ ਬਟ ਤੁਹਾਨੂੰ ਉਹ ਹੈਲਪ ਮਿਲਦੀ ਨਹੀਂ ਹੈ, ਤੇ ਮੈਂ ਉਹ ਹੈਲਪ ਐਜ਼ ਅ ਮੋਟੀਵੇਸ਼ਨਲ ਸਪੀਕਰ ਦੇਣਾ ਚਾਹੁੰਦੀ ਹਾਂ। ਕਿਉਂਕਿ ਪੈਸੇ ਵਜੋਂ ਹੈਲਪ ਤੇ ਇੱਕ ਆਪਣੇ ਜਿਹੜੇ ਵਰਡਸ ਹੁੰਦੇ ਆ ਨਾ ਉਹਨਾਂ ਵੱਲੋਂ ਹੈਲਪ ਬਹੁਤ ਡਿਫਰੈਂਟ ਹੁੰਦੀ ਹੈ, ਤੇ ਮੈਂ ਮਤਲਬ ਇਸ ਮੋਟੀਵੇਸ਼ਨਲ ਸਪੀਕਰ ਮਤਲਬ ਵੀਡੀਓਜ਼ ਦੇ ਥਰੂ ਜਾਂ ਫਿਰ ਕੁਛ ਵੀ ਇਸ ਤਰ੍ਹਾਂ ਦਾ ਜਿਸ 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 ਵੇ ਨਾਲ ਵੀ ਹੋ ਸਕਿਆ ਲੋਕਾਂ ਨੂੰ ਮੋਟੀਵੇਟ ਕਰਨਾ ਚਾਹੁੰਦੀ ਹਾਂ। ਤੇ ਹੋਰ ਮਤਲਬ ਹਜੇ ਤੱਕ ਤਾਂ ਇਹੀ ਪਲਾਨ ਹੈ ਕਿ ਮਤਲਬ ਬਿਜ਼ਨਸ ਵਾਲੀ ਲਾਈਨ 'ਚ ਜਾਣਾ ਚਾਹੁੰਦੀ ਹਾਂ। ਬਿਜ਼ਨਸ ਵਾਲੀ, ਮਤਲਬ ਕਿ ਉਹਦੇ ਨਾਲ ਫਿਰ ਤੁਹਾਡਾ, ਅਗਰ ਤੁਸੀਂ ਕਿਤੇ ਜੌਬ ਕਰਦੇ ਹੋ ਤਾਂ ਫਿਰ ਇੱਕ ਫਾਊਂਡੇਸ਼ਨ ਵੀ ਹੋ ਜਾਂਦੀਆਂ ਨੇ ਹਨਾ ਉਹਦੇ ਵਿੱਚ, ਔਰ ਅਗਰ ਤੁਸੀਂ ਆਪਣਾ ਬਿਜ਼ਨਸ ਕਰਦੇ ਹੋ ਤਾਂ ਫਿਰ ਤੁਸੀਂ ਆਪਣੇ ਕੰਮ ਦੇ ਖੁਦ ਮਾਲਕ ਹੁੰਦੇ ਹੋ, ਤੇ ਨਾਲ ਨਾਲ ਲੋਕਾਂ ਨੂੰ ਮੋਟੀਵੇਟ ਵੀ ਕਰੋਗੇ ਆਪਣਾ ਜ਼ਿੰਦਗੀ 'ਚ, ਜਿੱਦਾਂ ਤੁਸੀਂ ਕਿਹਾ ਕਿ ਮੈਂ ਇੱਕ ਅੱਛਾ ਇਨਸਾਨ ਬਣਨਾ ਵਾ, ਉਹ ਤੇ ਤੁਸੀਂ, ਮੈਨੂੰ ਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਕਰਕੇ, ਮੈਨੂੰ ਤੇ ਲੱਗਦਾ ਤੁਸੀਂ ਬਹੁਤ ਵਧੀਆ ਇਨਸਾਨ ਹੋ, ਕਿਉਂਕਿ ਤੁਹਾਨੂੰ ਇੱਕ ਪੋਜ਼ਿਟਿਵਿਟੀ ਆਉਣ ਲੱਗ ਜਾਂਦੀ ਹੈ, ਤੁਸੀਂ ਕਿਸੇ ਦੇ ਨਾਲ ਗੱਲ ਕਰਦੇ ਹੋ ਤੁਹਾਨੂੰ ਕਿਸੇ ਦੀਆਂ ਗੱਲਾਂ ਬਹੁਤ ਵਧੀਆ ਲੱਗਣੀਆਂ ਲੱਗ ਜਾਂਦੀਆਂ ਨੇ, ਕੁਛ ਸਿੱਖਣ ਨੂੰ ਮਿਲਦਾ ਹੈ। ਤਾਂ ਹੋਰ ਕੋਈ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ? ਕਿਉਂਕਿ ਮੈਨੂੰ ਇਹ ਲੱਗਦਾ ਕਿ ਤੁਸੀਂ ਤੇ ਖੁਦ ਵੀ ਇੰਨੇ ਵਧੀਆ ਹੋਸਟ ਹੋ, ਇੰਨੇ ਅਜੇ ਮਤਲਬ ਕਾਫੀ ਇੰਪਰੂਵਮੈਂਟ ਦੀ ਮੈਨੂੰ ਵੀ ਲੋੜ ਹੈ। ਔਰ ਮੈਂ ਮੈਨੂੰ ਇੱਥੇ ਸਾਡੇ ਇੱਕ ਵੀਰ ਜੀ ਪੁੱਛ ਰਹੇ ਸੀ ਕਿ ਇਹ ਤੁਸੀਂ ਕਿੰਨੇ ਇਅਰਸ ਤੇ ਹੋ, ਮੈਂ ਉਹਨਾਂ ਨੂੰ ਦੱਸ ਦਵਾਂ, ਪਰਮਜੀਤ ਕੌਰ ਪ੍ਰਿੰਸੀਪਲ ਜੀ, ਇਹ ਬੇਟੀ ਮਹਿਜ 16 ਸਾਲ ਦੀ ਹੈ,
मेरे कोलो बहुत छोटी, साडे कोलो बहुत छोटी है, लेकिन साडे कोलो ज्ञान दे विच बहुत वड्डी है। असी बहुत कुछ सीख सकते हैं इन्हां कोलो। और कोई थैंक यू कोई सो जी, और कोई मैसेज तुसी देना चाहते हो साडी, क्योंकि तुहाडी ते हर एक गल दे विच मैसेज है जिस मैं तरह मतलब लोगों नू अपने व्यूअर्स नू यही मैसेज देना चाहवांगी कि हजारा चिरागा की जरूरत नहीं, हनेरा मिटाने लई चिंगारी काफी है, शमा जगाने लई। जे तुसी एक रोशनी दी डायरेक्शन नू ही लैके अगे वधोगे ना, तो कुछ मुश्किल नहीं होंदा लाइफ में। अगे वधदे रहो, जो तुहाडा गोल है उनू अचीव करते रहो। कई बार हारिया होया महसूस तुसी करोगे, तुसी चाहोगे कि तुसी मतलब सब कुछ खत्म कर दो, बट उस वक्त जिदा मैं तुहानू कहा कि परमात्मा ते खुद ते भरोसा रखना, एक अपनी जो तुहाडे मेंटोर ने, तुहाडे गुरु ने, तुहाडे जो इंस्पिरेशन ने, जिदा मेरे मतलब मेंटोर ते पहले मेरे मम्मा पापा ते मेरे बाद विच औते शेरी सर ने, जिन्होंने मैनू काफी गाइड किया, ते उन्हां को कुछ ना कुछ सीखते रहो। ते फिर जदों तुसी सीखते रहोगे ना, जिदा एक सिख का काम हुंदा ही है सीखना, ते तुसी बिल्कुल सीखते रहोगे ना, सीखते रहोगे वे, तुसी खुद नू इम्प्रूव करन दे वल जाओगे। एस जेलसी, काम, क्रोध, लोभ, मोहकार, जेडे पांच विकार है ना, इन्हां तो उभर के ना, इन्हां चीजां नू साइड ते रख के तुसी लाइफ विच बहुत अगे वधोगे। ते मतलब ए काफी लाइफ एग्जांपल्स भी आपां देखिए कि जिन्हां दी भी वेखिए ना, उन्होंने अपनी लाइफ विच स्ट्रगल किया है। कोई मतलब जमदे ही सक्सेसफुल नहीं हो जाता, हर किसी नू स्ट्रगल करना, हर किसी नू मतलब वो किसी भी वे च हो सकता है। तुहानू भी करना पवेगा, तुहानू भी अपनी लाइफ विच सीखना पवेगा, तद बिल्कुल ही तुसी अगे बढ़ सकते हो। जे तुसी ये सोच लोगे ना मैनू सब कुछ आंदा है, फिर कुछ नहीं हो सकता, तुहानू सीखना पवेगा, तुहानू इम्प्रूव करना पवेगा। बिल्कुल। ताई ते कहंदे ने कि एक निक्की जी गल हमेशा कही जांदी कि चलती का नाम गाड़ी है, कि चलदे रहो जिंदगी, और जिंदगी दे विच रुकना नहीं है, कामयाबी ते जरूर मिलेगी। और मैं दर्शकों नूं दस देवां, मैनूं स्टार्टिंग दे विच एक गल दस देनी चाहिए सी कि अमृतसर साहिब दे विच कंपीटीशन हुंदा है, ओ उस कंपीटीशन दे विच विपनप्रीत कौर फर्स्ट प्राइज का जेड़ा टैब होंदा है ना, सेकंड मोबाइल फोन होंदा है, और लगातार 3 साल तो वो जेड़ा टैब है वो विपनप्रीत कौर को ही आ रहा है, क्योंकि फर्स्ट प्राइज फर्स्ट रैंक हमेशा तुहाडा ही होंदा है और तुसी डिजर्व भी करदे हो, तुहानू आना भी चाहिए है ना। और मैं तो कहंदी असीं सारे सेंध लवांगे विपनप्रीत कौर कोलो, और जो मैनू लगेगा कि कभी मैं स्ट्रेस दे विच आ, या मैनू लगेगा हुण मैनू कुछ चंगा सुनना है, तो मैं जरूर विपनप्रीत कौर नू ही कॉल करके इन्हां दी मोटिवेशनल स्पीचेस जिहड़ियां सुनांगी, इन्हां कोलों मोटिवेशन लवांगी कि जिंदगी दे विच निराश नहीं होना, क्योंकि सानू ना कोई भी इंसान कदों भी कितने भी कुछ भी सिखा के चला जाता है, और साडे ओहदा इक शब्द शायद साडी जिंदगी बदल सकता है। बस ये हुंदा कि तुहाडी साडी सोच की है, असी सोचते किस तरह, साडा नजरिया की है, और असी किसी भी इंसान दे विच, अगर मेरी तो सोच ये है कि अगर असी किसी भी इंसान दे विच देखिए ना कि उसके अगर 100 गुण ने, 100 अवगुण ने, जेकर ओहदे विच एक भी गुण है ना, तो एक नू ही देख लो, 100 नू छड़ दो कि ओ ही तुहाडे काम आ जाणगे। और मैनू बहुत वधिया लग्या तुहाडे नाल गल करके, थैंक यू सो मतलब मच। मैंने भी बहुत मतलब वधिया लगा आज, अपने जो भी विचार ने, अपनी जो भी फीलिंग्स इमोशंस ने इतने लोगों विच एक्सप्रेस करके मैंने भी काफी कुछ सीखने को मिला। थैंक यू सो नहीं मच। नहीं थैंक्स टू यू, तुसी अपने कीमती समय दे विच साडे नाल गलबात करन दे लई समां कड्या, एक उदाहरण ते होई तुसी साडी कौम दे लई, साडी कौम दा नाम भी रोशन कर रहे हो, बाकी स्टडी वाइज भी तुसी बहुत स्टार स्टूडेंट हो, ये भी मैनूं पता लग्या, और मैं तुहाडा बहुत बहुत धन्नवाद भी करदी हां कि तुसी साडे नाल गलबात करन दे लई समां कड्या, और फिर तो आपां तुहानूं दर्शकां दे रूबरू करांगे। थैंक यू वाहिगुरु सो जी मच। का खालसा, वाहिगुरु जी की फतेह। वाहिगुरु जी का खालसा, वाहिगुरु जी की फतेह।